ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360-652-6066 ਯਾਨੀ 360-652-6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 661-797-2354 ਓ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ जी हाँ Dreamliner Express Company Calgary Alberta Canada जिन्हां नूं साफ सुथरे रिकॉर्ड ते 2 साल दा तजुर्बे वाले ड्राइवर दी लोड़ है इन्हां कोल कैलगरी अल्बर्टा तो कैलिफोर्निया ते एरिजोना दे सिद्धे रन है इन्हां कोल ड्राई ते रीफर लोड भी है होम रिटर्न विद इन 5 डेज बाय वीकली ते चंगी तनखा दंदे आ और हां सिंगल ते टीम्स दोनों नूं हायर करदे ने वधेरे जानकारी लई कॉल 403-404-9501 Dreamliner Express Company Calgary Alberta Canada Bathinda di Green City di apar safalta to baad hun pesh hai Kanhaiya's Green City ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 855-600-2064 ਅਤੇ 85560-2071 ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ JB Truck Repair, Yuba City, Certified Cummins, Detroit Freightliner, Western Star, Volvo, Caterpillar, ate Series 60 Engines, International ate Automatic Transmissions, 5 Saal da Freightline Dealership da Experience, A Engine, Truck, Trailer, AC, Electrical, DPF, DEF Repair karde han, Transmission, Rear End, Brakes, Oil Change kar dende han, Certified 90-Day DOT Inspection, ate Certified Annual Federal DOT Inspection, ਐਕਸ਼ਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਸ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15 ਐਡਰੈਸ 3894 ਰੇਲ ਰੋਡ ਐਵਨਿਊ ਯੂਬਾ ਸਿਟੀ ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ ਵੇਲਾ ਹੁਣ ਪੰਜਾਬ ਦੀਆਂ ਖਬਰਾਂ ਦਾ ਸੋ ਸਾਡੇ ਪੱਤਰਕਾਰ ਸਾਹਿਬਾਨ ਪੰਜਾਬ ਹਰਿਆਣਾ ਅਤੇ ਹੋਰ ਥਾਵਾਂ ਤੋਂ ਜਿੱਥੇ ਵੀ ਸਾਡਾ ਪੰਜਾਬੀ ਭਾਈਚਾਰਾ ਬੈਠਾ ਉੱਥੋਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਜੁੜਨਗੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰ ਇੱਕ ਨੰਬਰ ਨੋਟ ਕਰ ਲਓ ਜੀ 204-469-2000 204-4592-000 ਇਹ ਨੰਬਰ ਹੈ ਬਲਤੇਜ ਸਿੰਘ ਪਨੇਸਰ ਹੋਰਾਂ ਦਾ ਇਹਨਾਂ ਦਾ ਇੱਕ ਅਕਾਲ ਟਰੱਕ ਐਂਡ ਟ੍ਰੇਲਰ ਸ਼ੋਪ ਹੈ ਜੀ ਜਿਹਦੀ ਲੋਕੇਸ਼ਨ ਹੈ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਮੈਨੀਟੋਬਾ ਇੱਥੇ ਜਿੱਥੇ ਤੁਹਾਨੂੰ ਪਾਰਕਿੰਗ ਦੇ ਨਾਲ ਨਾਲ ਵਾਸ਼ ਅਤੇ ਕੁਇਕ ਟਰੱਕ ਲਿਊਬ ਮਿਲਦੀ ਹੈ ਉੱਥੇ ਤੁਹਾਡੀ ਰਾਹ ਜਾਂਦਾ ਕਿਤੇ ਵਿੰਡ ਸਕਰੀਨ ਚੇਂਜ ਹੋ ਜਾਂਦੀ ਸਕਰੈਕ ਹੋ ਜਾਂਦੀ ਹੈ ਤਾਂ ਤੁਰੰਤ ਚੇਂਜ ਕਰਕੇ ਦਿੰਦੇ ਨੇ ਬ੍ਰੇਕਸ ਇੰਜਨ ਰੀਬਿਲਟ ਡਿਫਰੈਂਸ਼ੀਅਲ ਕਲੱਚ ਕਹਿਣ ਤੋਂ ਭਾਵ ਏ ਟੂ ਜ਼ੈੱਡ ਕੰਮ ਕੀਤਾ ਜਾਂਦਾ ਜੀ ਸੈਮੀ ਅਤੇ ਟ੍ਰੇਲਰ ਦਾ ਡਿਊਟੀ ਸੇਫਟੀ ਵੀ ਕੀਤੀ ਜਾਂਦੀ ਹੈ ਬੇਕਰਸਫੀਲਡ ਏਰੀਏ ਦਾ ਇੱਕ ਟਰੱਸਟਡ ਨੇਮ ਹੈ ਜੀ ਜਤਿੰਦਰ ਸਿੰਘ ਤੂਰ ਫੋਨ ਨੰਬਰ ਹੈ 661-754-1722 ਇਹ ਤੁਹਾਨੂੰ ਬਿਜਨਸ ਘਰ ਜਾਂ ਕੋਈ ਵੀ ਪ੍ਰੋਪਰਟੀ ਲੈਣੀ ਹੋਵੇ ਤੁਹਾਨੂੰ ਵਾਜਬ ਕੀਮਤ 'ਤੇ ਲੈ ਕੇ ਦਿੰਦੇ ਨੇ ਅਤੇ ਬਹੁਤ ਵਧੀਆ ਜਿਹੜਾ ਇਹਨਾਂ ਦਾ ਕਾਰੋਬਾਰ ਹੈ ਅਤੇ ਸੋ ਇਹਨਾਂ ਨਾਲ ਤੁਸੀਂ ਕਾਲ ਕਰ ਸਕਦੇ ਹੋ ਹੁਣ ਇੱਕ ਵਾਰ ਚੱਲਦੇ ਹਾਂ ਹਰਿਆਣਾ ਬਲਜੀਤ ਸਿੰਘ ਜੀ ਸਾਡੇ ਨਾਲ ਨੇ ਬਲਜੀਤ ਜੀ ਸਤਿ ਸ਼੍ਰੀ ਅਕਾਲ ਬਲਜੀਤ ਜੀ ਹਰਿਆਣੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਾਫੀ ਜਿਹੜਾ
किसान अंदोलन प्लस किसान नेतावां दे तेवर लगातार तिखे हुंदे नज़र आ रहे ने, ते उधर बीजेपी नेता भी जिहड़े ने कोई उन्हां च भी ढिल मठ नज़र नहीं आ रही, उन्हां दी आकड़ भी बरकरार है। बिल्कुल ठीक कह रहे हो, मैं तुहानू ताजा कल ते अज दीआं दो घटनावां दसणियां चाहांगा जी। यशवंत चौटाला ने चौधरी देवी लाल यूनिवर्सिटी दे विच सिरसा डिप्टी सीएम है जिहड़े हरियाणा दे, उन्होंने ताऊ देवी लाल दी फोटो दा उद्घाटन करना सी जी, उन्हां दी प्रतिमा दा अनावरण करना सी, जिहड़ा किसानां ने नहीं करन दित्ता, उन्हां नूं उत्थे तक पहुंचण ही नहीं दित्ता, और बल्कि किसान नेतावां ने इत्थे तक कहा कि जिहड़े चौधरी लाल देवी लाल सदा किसानां दी लड़ाई लड़दे रहे, उन्हां दी फोटो दा उद्घाटन करन दा इहदा कोई हक नहीं बनदा, क्योंकि उहदी अंशक जरूर ने पर अगर इह सच्चे अंशक हुंदे तां इह जिहड़ा किसानां दे नाल खड़े हुंदे, क्योंकि चौधरी देवी लाल हमेशा कमेरे वर्ग दी लड़ाई लड़दे रहे ने, ते अज इह सत्ता दे विच सरकार दे विच कुर्सी दे लालच दे विच इन्ने अन्ने हो गए ने कि इहनां नूं किसानां दे हक नहीं दिख रहे जी। ਸਾਡੀ ਅੱਖਾਂ ਚ ਮਿੱਟੀ ਪਾਉਣ ਵਾਸਤੇ ਰੋਜ਼ ਦਿਖਾਇਆ ਜਾ ਰਿਹਾ ਕਿ ਅੱਜ ਫਲਾਣੇ ਲੀਡਰ ਨੂੰ ਤੁਹਾਡੇ ਪਿੱਛੇ ਮਿਲਿਆ, ਫਲਾਣੇ ਪਿੱਛੇ ਮਿਲਿਆ, ਅਸੀਂ ਉਹ ਕਹਿੰਦੇ ਨਹੀਂ ਅਸਤੀਫਾ ਦੇਣਾ ਸੱਤਾ ਦੇ ਨਾਲ ਚਿਪਕਣਾ ਚਿਪਕੇ, ਲੇਕਿਨ 26 ਜਨਵਰੀ ਤੋਂ ਬਾਅਦ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਹੀ ਬੰਦ ਹੋ ਗਈ, ਜਦੋਂ ਗੱਲਬਾਤ ਹੀ ਨੀ ਹੋਏਗੀ, ਗੱਲਬਾਤ ਦੇ ਰਸਤੇ ਹੀ ਬੰਦ ਹੋ ਜਾਣਗੇ, ਤੇ ਹੱਲ ਕਿਵੇਂ ਕਿਸੇ ਮੁੱਦੇ ਦਾ ਨਿਕਲੇਗਾ ਜੀ। ਇਸੇ ਤਰ੍ਹਾਂ ਰਣਵੀਰ ਗੰਗਵਾ ਨੇ ਜਿਹੜੇ ਸਪੀਕਰ ਹਰਿਆਣਾ ਵਿਧਾਨ ਸਭਾ ਦੇ, ਉਹਨਾਂ ਨੇ ਵੀ ਆਪਣੇ ਹਲਕੇ ਦੇ ਵਿੱਚ ਨਿਸਾਰ ਦੇ ਵਿੱਚ ਇੱਕ ਉਦਘਾਟਨ ਕੀਤਾ, ਔਰ ਉਹਨਾਂ ਨੇ ਕੀ ਕੀਤਾ ਕਿ ਉਹ ਇੱਕ ਘੰਟਾ ਪਹਿਲਾਂ ਹੀ ਆ ਗਏ ਕਿਸਾਨ ਨਾ ਪਹੁੰਚ ਜਾਣ, ਇੱਕ ਘੰਟਾ ਪਹਿਲਾਂ ਹੀ ਫਟਾਫਟ ਜਾ ਕੇ ਸੀ ਐਚ ਪੀ ਦਾ ਉਦਘਾਟਨ ਕਰ ਦਿੱਤਾ। ਕਿਸਾਨਾਂ ਨੇ ਵੀ ਫਿਰ ਇੱਕ ਘੰਟਾ ਬਾਅਦ ਪਹੁੰਚ ਕੇ ਜੋ ਦਿੱਤਾ ਟਾਈਮ ਸੀ ਪੂਰੇ ਗੰਗਾ ਜਲ ਦੇ ਨਾਲ ਉਸ ਪੱਥਰ ਦਾ ਸਾਰੇ ਏਰੀਏ ਦਾ ਛਿੜਕਾਵ ਕੀਤਾ, ਇਹ ਬੀਜੇਪੀ ਵਾਲੇ ਜਿੰਨੇ ਅਛੂਤ ਲੋਕ ਨੇ ਇਹ ਸਾਰੇ ਸੀ ਐਚ ਸੀ ਨੂੰ ਆ ਪਵਿੱਤਰ ਕਰਕੇ ਨੇ ਉਹਨਾਂ ਨੇ ਗੰਗਾ ਜਲ ਛਿੜਕ ਕੇ ਕਿਸਾਨਾਂ ਨੇ ਉਹਨੂੰ ਸਾਰੇ ਨੂੰ ਪਵਿੱਤਰ ਕੀਤਾ। ਮਤਲਬ ਹੈ ਵੀ ਜਿਹੜੀ ਗੱਲਬਾਤ ਬੰਦ ਹੋ ਗਈ ਹੈ ਨਾ, ਉਹਦੇ ਨਾਲ ਕਿਸਾਨ ਅੰਦੋਲਨ ਦਾ ਇਹ ਲੱਗ ਰਿਹਾ ਲੰਬਾ ਚੱਲੇਗਾ। ਤੁਸੀਂ ਦੇਖਿਆ ਹੋਣਾ ਬਹਾਦਰਗੜ੍ਹ ਦੇ ਵਿੱਚ ਦੋ ਮੁੱਦੇ ਉੱਥੇ ਵੀ ਬੜੇ ਚੱਲ ਰਹੇ ਨੇ। ਫਿਲਹਾਲ ਤਾਂ ਮੈਂ ਤੁਹਾਨੂੰ ਪਹਿਲਾਂ ਤੇ ਇਹ ਦੱਸਣਾ ਚਾਹਾਂਗਾ ਮੌਸਮ ਦੀ ਬਾਰਿਸ਼ਾਂ ਦਾ ਉਹ ਨਜ਼ਾਕਤ ਨੂੰ ਵੇਖਦੇ ਹੋਏ, ਆਦਿ ਹਰਿਆਣਾ ਦੇ ਵਿੱਚ ਕਾਫੀ ਜਗ੍ਹਾ ਤੇ ਬਾਰਿਸ਼ ਹੈ, ਉੱਥੇ ਜਿੰਨੀਆਂ ਹੁਣ ਟਰਾਲੀਆਂ ਨਵੀਆਂ ਬਣੀਆਂ ਨੇ ਪਿਕਅਪ ਦੇ ਨਾਲ ਅਟੈਚ ਕੀਤੀਆਂ ਨੇ, ਉਹਨਾਂ ਨੇ ਉੱਤੇ ਤਰਪਾਲਾ ਪਾ ਕੇ ਇਸ ਤਰ੍ਹਾਂ ਦਾ ਨਿਯਮ ਚੁੱਕਿਆ ਹੈ ਜਿਸ ਤਰ੍ਹਾਂ ਬਾਰਿਸ਼ ਤੋਂ ਰੁਕਿਆ ਜਾ ਸਕੇ, ਇੱਕ ਜਿਹੜੀ ਅਗਲੇ ਲੂ ਪੈਣੀ ਹੈ ਲੂ ਤੋਂ ਬਚਿਆ ਜਾ ਸਕੇ, ਉਹਦੇ ਵਿੱਚ ਨਵਾਂ ਸੈਟਅਪ ਜਿਹੜੇ ਨੇ ਉਹ ਕਿਸਾਨ ਲਗਾ ਰਹੇ ਨੇ, ਔਰ ਪੂਰੇ ਹਰਿਆਣਾ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਕਰ ਦਿੱਤਾ ਗਿਆ ਕਿ ਇੱਕ ਇੱਕ ਹਫ਼ਤਾ ਡਿਊਟੀ ਰਹੇਗੀ, ਅੰਦੋਲਨ ਲੰਮਾ ਖਿੱਚ ਸਕਦਾ, ਇਸ ਕਰਕੇ ਇੱਕ ਹਫ਼ਤਾ ਡਿਊਟੀ ਦਿਓ ਫਿਰ ਵਾਪਸ ਚਲੇ ਜਾਓ। ਇਸ ਤਰ੍ਹਾਂ ਮਤਲਬ ਹਰ ਪਿੰਡਾਂ ਦੇ ਵਿੱਚ ਲਿਸਟਾਂ ਬਣ ਗਈਆਂ ਨੇ, ਲੋਕ ਜਾ ਰਹੇ ਆ ਕਾਫੀ ਮਾਤਰਾ ਦੇ ਵਿੱਚ ਤਾਂ ਕਿ ਪਿਛਲੇ ਲੋਕਾਂ ਨੂੰ ਥੋੜਾ ਆਰਾਮ ਮਿਲੇ, ਉਹ ਵਾਪਸ ਆ ਜਾਣ ਜੀ। ਭੇਜੇ ਜਾ ਰਹੇ ਨੇ ਤੇ ਇਹ ਵੀ ਹੈ ਕੱਲੇ ਸਿੰਘੂ ਤੇ ਟੀਕਰੀ ਨੀ ਭੇਜੇ ਜਾ ਰਹੇ, ਸ਼ਾਹਜਹਾਂਪੁਰ ਭੇਜੇ ਜਾ ਰਹੇ ਨੇ, ਪਲਵਲ ਭੇਜੇ ਜਾ ਰਹੇ ਨੇ, ਉਧਰ ਆਪਣੇ ਗਾਜੀਪੁਰ ਵੀ ਭੇਜੇ, ਪੂਰੀ ਦਿੱਲੀ ਦੇ ਵਿੱਚ ਆਸ ਪਾਸ ਜਿੰਨਾ ਵੀ ਹੈ ਜਿਵੇਂ 450 ਟਰਾਲੀਆਂ ਕਣਕ ਦੀਆਂ ਭਰ ਕੇ ਗਈਆਂ ਨੇ ਸਾਡੇ ਦੋ ਡਿਸਟ੍ਰਿਕਟਾਂ ਦੇ ਵਿੱਚੋਂ ਜੀ, ਉਹ ਅਲੱਗ ਅਲੱਗ ਨੇ, ਪੰਜਾਬ ਟਰਾਲੀ ਹਰ ਜਗ੍ਹਾ ਉਤਾਰੀ ਗਈ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਣ ਦਿਆਂਗੇ। ਦੇਖੋ ਕਿਸਾਨੀ ਦਾ ਹੈ ਜਾਂ ਜਿਹੜਾ ਬੇਮਿਸਾਲ ਏਕਤਾ ਦਾ ਮੌਕਾ ਅੱਜ ਤੱਕ ਦੁਨੀਆਂ ਦੇ ਵਿੱਚ ਕਿਤੇ ਨਹੀਂ ਮਿਲਿਆ, ਜਿਹੜਾ ਇਹ ਬਹੁਤ ਵਧੀਆ ਢੰਗ ਦੇ ਨਾਲ ਅੰਦੋਲਨ ਚੱਲ ਰਿਹਾ। ਲੇਕਿਨ ਹੁਣ ਥੋੜਾ ਜਿਹਾ ਬੀਜੇਪੀ ਦੀ ਸ਼ਰਾਰਤ ਕਹਿ ਲਓ ਜਾਂ ਕੁਛ ਕਹਿ ਲਓ, ਬਹਾਦਰਗੜ੍ਹ ਦੇ ਆਸ ਪਾਸ ਦੇ ਜਿੰਨੇ ਪਿੰਡਾਂ ਦੇ ਲੋਕ ਨੇ ਉਹ ਹੁਣ ਕਿਸਾਨਾਂ ਦਾ ਵਿਰੋਧ ਕਰਨ ਲੱਗ ਗਏ ਨੇ, ਉਹ ਕਹਿ ਰਹੇ ਨੇ ਵੀ ਸਾਡੇ ਰਸਤੇ ਬੰਦ ਕਰ ਦਿੱਤੇ ਗਏ ਨੇ ਤੇ ਅਸੀਂ ਸਾਨੂੰ ਪਿੰਡਾਂ ਚੋਂ ਨਿਕਲਣ ਦੀ ਦਿੱਕਤ ਹੋ ਰਹੀ ਹੈ। ਪਿਛਲੇ 6 ਮਹੀਨਿਆਂ ਨੂੰ ਉਹਨਾਂ ਚ ਕੋਈ ਦਿੱਕਤ ਨਹੀਂ ਸੀ, ਹੁਣ ਇੱਕੋ ਦਮ ਹੀ ਕੋਈ ਅਜਿਹੀ ਦਿੱਕਤ ਆਉਣ ਲੱਗ ਗਈ ਹੈ ਕਿ ਉਹ ਪਿੰਡਾਂ ਦੇ ਲੋਕ ਵੀ ਪੰਚਾਇਤਾਂ ਕਰ ਰਹੇ ਨੇ, ਡਿਸਟ੍ਰਿਕਟ ਕੋਲ ਜਾ ਰਹੇ ਨੇ, ਸਰਕਾਰ ਕੋਲ ਮੰਗ ਕਰ ਰਹੇ ਨੇ ਕਿ ਸਾਡੇ ਘਰਾਂ ਦੇ ਕੋਲ ਕਿਸਾਨਾਂ ਨੂੰ ਉਠਾਇਆ ਜਾਏ, ਸਾਡੀ ਪ੍ਰਾਈਵੇਸੀ ਬੰਦ ਹੋ ਰਹੀ ਹੈ, ਅਸੀਂ ਕਿਤੇ ਜਾ ਨਹੀਂ ਰਹੇ। ਉਹਨਾਂ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਤੁਸੀਂ ਮੰਨ ਕੇ ਚੱਲੋ ਵੀ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ ਵਾਸਤੇ ਸਰਕਾਰ ਦੀ ਇੱਕ ਨਵੀਂ ਸਿਆਸੀ ਖੇਡ ਹੈ। ਅੱਜ ਮੈਂ ਤੁਹਾਨੂੰ ਪਤਾ ਸਿੰਘੂ ਬਾਰਡਰ ਜਿਹੜਾ ਹੈਗਾ ਕੇਰਾ, ਉਹਨਾਂ ਨੇ ਸਿੰਘੂ ਪਿੰਡ ਵਾਲੇ ਖੜੇ ਕਰਤੇ ਸੀਗੇ ਤੇ ਮੁੜ ਕੇ ਫਿਰ ਉਹਦੇ ਵਿੱਚੋਂ ਹੀ ਲੋਕ ਆ ਗਏ, ਕਹਿੰਦੇ ਜੀ ਇਹ ਤਾਂ ਸਿੰਘੂ ਦੇ ਹੈ ਹੀ ਨਹੀਂ, ਇਹ ਤਾਂ ਬਾਹਰਲੇ ਨੇ। ਇਸੇ ਤਰ੍ਹਾਂ ਟੀਕਰੀ ਬਾਰਡਰ ਦੇ ਲੋਕਾਂ ਨੇ ਵੀ ਆਪਣੀ ਪੰਚਾਇਤ ਕੀਤੀ ਸੀ, ਉਹ ਕਹਿੰਦੇ ਜੀ ਸਾਡੇ ਪਿੰਡ ਨੂੰ ਕੋਈ ਬਦਨਾਮ ਨਾ ਕਰੇ ਵੀ ਅਸੀਂ ਕਿਸਾਨਾਂ ਦੇ ਨਾਲ, ਕਿਸਾਨਾਂ ਨੂੰ ਆਪਸ ਵਿੱਚ ਲੜਾਉਣ ਦੀ ਗੱਲ ਕਹਿ ਲਓ ਜਾਂ ਇਹਨੂੰ ਸਿਆਸੀ ਰੰਗ ਕਹਿ ਲਓ, ਇਹ ਹੁਣ ਅੰਦੋਲਨ ਨੂੰ ਨਵੇਂ ਸਿਰਿਓਂ ਨਵੇਂ ਪਾਸੇ ਲਿਜਾਣ ਵਾਸਤੇ ਇੱਕ ਨਵਾਂ ਖੇਡ ਖੇਡਿਆ ਜਾ ਰਿਹਾ। ਇਹਦਾ ਦੇਖੋ ਬਿਲਕੁਲ ਸਹੀ ਗੱਲ ਹੈ, ਜਿਹੜੇ ਲੋਕ ਪੰਚਾਇਤਾਂ ਕਰ ਰਹੇ ਨੇ ਕਿ ਇੱਥੇ ਬੀਜੇਪੀ ਦਾ ਐਮਐਲਏ ਜਾਂ ਉਹ ਲੋਕ ਕੌਣ ਨੇ, ਜਿਵੇਂ ਆਪਾਂ ਕਈ ਵਾਰੀ ਅੰਦਰ ਇਹਨਾਂ ਦੇ ਵਿੱਚ
चाहे चेहरे कोई होर भी हो, अगे पिछे बैक साइड से उंगल देने वाले मीटिंग अरेंज कराने वाले सिर्फ बीजेपी के लोग ही ने, और सिर्फ सीएम देके नंबरबाजी बनाने के चक्कर से कौन किन्ने पिंड की कर रहा है, कौन किसान अंदोलन तार पिटो कर रहे हैं, सारा नंबरबाजी का खेल चल रहा है। यह भी होंगे ना कई बार सरकार अंदर खाते लालच भी दे दें बंद कह दें भी चंगा करो। देखो अज हरियाणा विधायक दल की अज बैठक चल रही है और देर सवेर कितने ना कि हरियाणा के मंत्री मंडल का फेरबदल की संभावना है, कुछ नवे चेहरे ले जाएंगे कुछ कटे जाएंगे और दोनों के कोटियां दे विचों एक एक मंत्री की जो सीट खाली पई है वो भी आज भरी जाएगी, कुछ चेयरमैन की नवी नियुक्तियां होनी ने, वो सारिया नियुक्तियां लैके ही ये बीजेपी के लोग जेजेपी के लोग ने भी कितने ना कि असि जो कुछ नंबरबाजी करा तो सानू कोई ना कोई पोस्ट मिल जाएगी जी। अगले एक दो दिन मंत्री मंडल के फेरबदल भी होना है, कुछ कई जो चेयरमैनिया भी अलाट होनिया ने, संगठन के विस्तार कर रहे हैं, अगले दो तीन दिन पूरे राजनीतिक जरिए सरगर्मी रहेगी पूरे हरियाणा जी। मौसम वगैरह हुण किवें है जी? देखो जी आज सवेर तो ही मौसम का रुख फिर बिगड़िया होया है, दोपहर बाद जिथे फिर आंधी तूफान उन्नी स्पीड नाल तां नहीं आया जिवें पिछले दिनां च बड़ा नुकसान करके गया है, लेकिन किते किते जिहड़ा है काफी तेज हवावां आंधी चल रही है, वो कई जगह बारिश पई है और अज रात तक पूरे हरियाणा दे विच बारिश पैण दी उम्मीद है जी। बहुत बहुत मेहरबानी, शुक्रिया, धन्यवाद जी। तो हुण रुक करदे हां जी माझे दा, नितिन लूथरा जी गुरदासपुर तो मेरे नाल ने। नितिन जी सत श्रीकाल। नितिन जी आवाज आ रही है? सत श्रीकाल जी। जी नितिन जी गुरदास अपने जेकर गल करिए माझे च सियासत, क्योंकि तुहानू पता पूरी पखी हुई है पंजाब दे विच, आम आदमी पार्टी ने फिर आपदे झाड़ू दे विच डांग पसा ली है, कहिंदे भी कोडे होके सानू झाड़ू ना मारना पवे, डांग हत्थ च फड़ के ही ठीक है ना जी झाड़ू जिहड़ा असीं फेर के सफाई करांगे। सो कोई हल चल कोई होई केजरीवाल तो बाद? गलवानी साहब देखो जिहड़ा माझे दी सियासत आ हमेशा ही सरकार किसी दी भी रही आ बड़ी अहम भूमिका निभांदी है, मालवे का लगभग पता लग जांदा वा ते दुआबे का भी पता लग जांदा वी किस रुख वा इहनां दा जी, लेकिन माझे ने हमेशा ही फैसला कीता वा चाहे सरकार किसी दी भी बन जाए जी। तो हुण इस बार जिहड़ी पहल करनी आ इह आम आदमी पार्टी कर गई जी, कुंवर विजय प्रताप जिदां दे जदों दा इहनां ने इस्तीफा दित्ता उदों दीआं क्यास राईआं लगदीआं पईआं सी कि कुछ ना किसी सियासी पार्टी वाले जरूर जाणगे जी। सो कल केजरीवाल ने जदों इहनां नूं सम्मानित करके पार्टी च कर लिया वा शामिल, सियासत जिहड़ी है एक बार फिर आम आदमी पार्टी दे गड्डी नूं नवे सिरे पिंचर पुंचर ला के उन्होंने पहिए ला के तोर ली है, रफ्तार किन्नी फड़दी है आने वाले दिनों च पता लगेगा, पर जिहड़ी सियासी गलियारियां दे विच हलचल आ उह तेज हो गई है, क्योंकि लक्ष्मीकांत चावला जिहड़े बीजेपी दे थम ने उह भी उहनां दे नाल नजर आए, पिछले दिनों भी जदों आए सी अरविंद केजरीवाल अमृतसर से उदों भी लक्ष्मीकांत चावला नाल मुलाकात करके गए सी जी। सो अनिल जोशी दा अपनी पार्टी दे खिलाफ बोलना, मास्टर मोहन लाल दा अपनी पार्टी दे खिलाफ बोलना, अपनी पार्टी दे जिहड़े बड़े किसानी अंदोलन तो कह दईए भी हमेशा ही उन्होंने किसानी अंदोलन दे खिलाफ बयान दिते ने गरेवाल, ਉਹਨਾਂ ਦੇ ਖਿਲਾਫ ਬੋਲਣਾ ਤੇ ਇਹ ਗੱਲ ਕਹਿਣੀ ਕਿ ਅਸੀਂ ਤੇ ਘਰੋਂ ਹੀ ਨਹੀਂ ਨਿਕਲ ਸਕਦੇ, ਇਸ ਲਈ ਕਿਸਾਨੀ ਅੰਦੋਲਨ ਦੇ ਖਿਲਾਫ ਨਾ ਬੋਲੋ ਜਾਂ ਆਪਣੀ ਪਾਰਟੀ ਨੂੰ ਸਿਹਤ ਦੇਣੀ, ਕਿਤੇ ਨਾ ਕਿਤੇ ਕਿਹਾ ਜਾਵੇ ਕਿ ਸਿਆਸੀ ਹਲਚਲਾਂ ਜਿਹੜੀਆਂ ਰੋਜ਼ ਦੇ ਰੋਜ਼ ਤੇਜ਼ ਹੁੰਦੀਆਂ ਜਾ ਰਹੀਆਂ ਜੀ। ਅਕਾਲੀ ਦਲ ਦੀ ਗੱਲ ਕਰੀਏ ਤਾਂ ਬਹੁਤ ਜਲਦ ਜਿਹੜਾ ਗੁਰਦਾਸਪੁਰ ਦੇ ਵਿੱਚ ਇੱਕ ਧਮਾਕਾ ਹੋਣ ਵਾਲਾ ਵਾ, ਸ਼ੁਨੀ ਸੇਖੜੀ ਜਿਹੜੇ ਕਿ ਕਾਂਗਰਸ ਤੋਂ 3 ਤੋਂ 4 ਵਾਰੀ ਵਿਧਾਇਕ ਰਹਿ ਚੁੱਕੇ ਆ, ਇੱਕ ਵਾਰੀ ਚੀਫ ਪਾਰਲੀਮੈਂਟ ਸੈਕਟਰੀ ਰਹਿ ਚੁੱਕੇ ਆ, ਸਟੇਟ ਮਿਨਿਸਟਰ ਰਹਿ ਚੁੱਕੇ ਆ, ਇਹ ਵੀ ਬਹੁਤ ਦਿਨਾਂ ਦੇ ਵਿੱਚ ਕਿਹਾ ਜਾਵੇ ਤੇ ਮੋਟੀ ਮੋਟੀ ਗੱਲ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਆ ਰਹੀ ਹੈ ਕਿ 28 ਤਰੀਕ ਨੂੰ ਜਾਂ 28 ਤਰੀਕ ਤੋਂ ਬਾਅਦ ਕਿਸੇ ਵੇਲੇ ਵੀ ਅਕਾਲੀ ਦਲ ਜੁਆਇਨ ਕਰ ਸਕਦੇ ਆ। ਅੱਛਾ ਸੇਖੜੀ ਸਾਹਿਬ ਅਕਾਲੀ ਦਲ ਚ ਜਾ ਸਕਦੇ? ਬਿਲਕੁਲ ਜਾ ਸਕਦੇ ਜੀ। ਫਿਰ ਤਾਂ ਟਿਕਟ ਮੰਗਣਗੇ ਤੇ ਟਿਕਟ ਦਾ ਤਾਂ ਫਿਰ ਰੌਲਾ ਪੈ ਜਾਊਗਾ, ਤੇ ਕੋਈ ਰੌਲਾ ਨਹੀਂ ਪੈਣਾ ਜੀ, ਟਿਕਟ ਤਾਂ ਬਿਲਕੁਲ ਸਾਫ਼ ਸੁਥਰੀ ਇਹਨਾਂ ਨੂੰ ਬਟਾਲੇ ਸ਼ਹਿਰ ਚ ਮਿਲਣੀ ਹੈ। ਤੇ ਫਿਰ ਲੋਧੀ ਨੰਗਲ ਸਾਹਿਬ? ਲੋਧੀ ਨੰਗਲ ਸਾਹਿਬ ਤਾਂ 6 ਮਹੀਨੇ ਉਹਦੇ ਸਾਲ ਜੀ ਪਹਿਲਾਂ ਜਦੋਂ ਦਾ ਇਹ ਸਰਕਾਰ ਬਣੀ ਹੈ 17 ਦੀ ਉਦੋਂ ਦਾ ਬਟਾਲੇ ਤੇ ਨਜ਼ਰ ਨਹੀਂ ਆਏ। ਅੱਛਾ, ਤੇ 1.5 ਸਾਲ ਹੋ ਗਿਆ, 2 ਸਾਲ ਉਹ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਕੰਮ ਕਰਦੇ ਪਏ, ਤੇ ਉਹਨਾਂ ਨੇ ਇੱਕ ਵਾਰ ਨਹੀਂ ਸੈਂਕੜੇ ਵਾਰ ਪੱਤਰਕਾਰ ਵਾਰਤਾ ਦੌਰਾਨ ਸਮਾਗਮ ਕਰਕੇ ਮੀਟਿੰਗਾਂ ਕਰਕੇ ਗੱਲ ਸਾਫ਼ ਕਰ ਦਿੱਤੀ ਆ ਕਿ ਉਹਨਾਂ ਨੇ ਇਲੈਕਸ਼ਨ ਫਤਿਹਗੜ੍ਹ ਚੂੜੀਆਂ ਤੋਂ ਹੀ ਲੜਨੀ ਆ ਭਾਵੇਂ ਕੁਝ ਵੀ ਹੋ ਜਾਏ, ਅਖੀਰਲਾ ਫੈਸਲਾ ਤੇ ਬੇਸ਼ੱਕ ਪਾਰਟੀ ਦਾ ਹੀ ਆਉਣਾ ਵਾ। ਅੱਛਾ ਜੀ, ਜਿਸ ਤਰ੍ਹਾਂ ਕਿ ਪਿਛਲੇ ਦਿਨ ਜਿਸ ਤਰ੍ਹਾਂ
ਬਰਗਾਰੀ ਗੋਲੀਕਾਂਡ ਦਾ ਬਹਿਬਲ ਕਲਾ ਗੋਲੀਕਾਂਡ ਦਾ ਰੌਲਾ ਕਾਂਗਰਸ ਸਰਕਾਰ ਦੇ ਵਿੱਚ ਪਿਆ ਤੇ ਕਾਟੋ ਕੋਲੇ ਚੱਲਦੀ ਰਹੀ। ਉਸੇ ਦੌਰਾਨ ਸਿੱਖੜੀ ਸਾਹਿਬ ਨੇ ਵੀ ਵਗਦੀ ਗੰਗਾ ਚੱਕ ਧੋਤੇ ਇਹਨਾਂ ਨੇ ਵੀ ਜੰਮ ਕੇ ਭੜਾਸ ਕੱਢੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਤੇ ਨਾਲ ਇਹ ਵੀ ਗੱਲ ਕਹੀ ਸੀ ਕਿ ਜੇ ਮੈਨੂੰ ਟਿਕਟ ਨਾ ਦਿੱਤੀ ਤਾਂ ਮੇਰੇ ਕੋਲੇ ਹੋਰ ਹੈਗਾ ਟਿਕਾਣਾ। ਉਹਨਾਂ ਨੇ ਕਿਹਾ ਜੀ ਮੇਰੇ ਕੋਲ ਬਹੁਤ ਆਪਸ਼ਨਸ ਨੇ, ਉਹਨਾਂ ਚੋਂ ਇੱਕ ਮੋਟੀ ਮੋਟੀ ਤੇ ਸਟਰੋਂਗ ਆਪਸ਼ਨ ਜਿਹੜੀ ਆ ਉਹ ਅਕਾਲੀ ਦਲ ਦੀ ਆ, ਉਹਦੇ ਤੇ ਮੋਹਰ ਲੱਗਦੀ ਆ। ਅੱਜ ਤੋਂ ਕੋਈ 4 ਤੋਂ 5 ਦਿਨ ਪਹਿਲਾਂ ਜਦੋਂ ਬੀਬੀ ਜਗੀਰ ਕੌਰ ਦੇ ਨਾਲ ਅਮੂਲ ਦੀ ਲੱਸੀ ਲੈ ਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖੜੀ ਸਾਹਿਬ ਪਹੁੰਚਦੇ ਨੇ ਤੇ ਬਟਾਲੇ ਦੇ ਕੁਝ ਸਮਰਥਕ ਕਾਂਗਰਸੀ ਉਹਨਾਂ ਦੇ ਨਾਲ ਜਾ ਕੇ ਤੇ ਉਸੇ ਉੱਥੇ ਲੱਸੀ ਦੇ ਲੰਗਰ ਦੀ ਸ਼ੁਰੂਆਤ ਕਰਦੇ ਆ, ਕਿਉਂਕਿ ਜਿੰਨਾ ਵੀ ਅਮੂਲ ਦਾ ਪ੍ਰੋਡਕਟ ਬਣਦੇ ਆ ਮਿਲਕ ਪ੍ਰੋਡਕਟ ਜੀ। ਜੀ 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 ਫੋਨ ਲਾਈਨ ਜਿਹੜੀ ਆ ਡਿਸਕਨੈਕਟ ਹੋ ਗਈ ਜੀ ਤੇ ਆਪਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਹੋਰ ਇਨ ਦਾ ਮੀਨ ਟਾਈਮ ਜਿਹੜਾ ਹੈਗਾ ਉਹ ਗੱਲਬਾਤ ਕਰਦੇ ਹਾਂ। ਅਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਜੁੜੇ ਹੋ, ਜੇਕਰ ਤੁਸੀਂ ਕੋਈ ਐਡਵਰਟੀਜ਼ਮੈਂਟ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 97-800-41-741 ਤੇ ਜੀ। ਆਪਣਾ ਜੀ ਕਿਸੇ ਕਾਰਨ ਟੁੱਟ ਗਿਆ ਸੀ ਦਾਨੇ ਵਾਲੇ। ਹਾਂਜੀ ਹਾਂਜੀ ਜੀ ਜੀ ਉੱਥੇ ਸੰਗਤ ਵਾਸਤੇ ਭੇਜੀ ਗਈ ਜੀ ਲੰਗਰ ਦੇ ਰੂਪ ਦੇ ਵਿੱਚ। ਇਹ ਬਟਾਲੇ ਤਿਆਰ ਹੁੰਦੀ ਹੈ ਕਿਉਂਕਿ ਜਿਹੜਾ ਅਮੂਲ ਦਾ ਪ੍ਰੋਡਕਟ ਵਾ ਜਿਹੜੀ ਫੈਕਟਰੀ ਕਹਿ ਲਓ ਇਹ ਬਟਾਲੇ ਸ਼ਹਿਰ ਚ ਲੱਗੀ ਹੋਈ ਹੈ ਤੇ ਇਹ ਵੀ ਅਕਾਲੀ ਦਲ ਦੇ ਸਮੇਂ ਹੀ ਗੁਜਰਾਤ ਦੇ ਇਹ ਪ੍ਰਭਾਰੀ ਹੁੰਦੇ ਸਨ ਕਾਂਗਰਸ ਦੇ ਤੇ ਅਕਾਲੀ ਦਲ ਦੀ ਗਵਰਨਮੈਂਟ ਸੀ ਜਦੋਂ ਇੱਥੇ ਆ ਕੇ ਬਟਾਲੇ ਇਹਨਾਂ ਨੇ ਅਮੂਲ ਦਾ ਪ੍ਰੋਡਕਟ ਬਣਾਉਣ ਦੀ ਫੈਕਟਰੀ ਲਗਾਈ। ਅੱਛਾ ਇਹਨਾਂ ਦੀ ਆਪਦੀ ਹੈ ਤਾਂ ਮਤਲਬ ਉੱਥੋਂ ਲੈ ਆਏ ਸੀਗੇ ਗੁਜਰਾਤ ਚੋਂ ਪ੍ਰਭਾਰੀ ਬਣ ਕੇ। ਗੁਜਰਾਤ ਚੋਂ ਪ੍ਰਭਾਰੀ ਬਣ ਕੇ ਗਿਫਟ ਲਾਏ ਸੀਗੇ, ਗਿਫਟ ਲਾਏ ਸੀ। ਹਾਂਜੀ ਦੋ ਆਈਆਂ ਸੀ ਜੀ, ਇੱਕ ਮੇਰੇ ਖਿਆਲ ਬਠਿੰਡੇ ਲੱਗ ਗਈ ਸੀ। ਨਹੀਂ ਬਠਿੰਡੇ ਤਾਂ ਨਹੀਂ ਲੱਗੀ ਜੀ, ਫਿਰ ਕਿਤੇ ਹੋਰ ਪੰਜਾਬ ਚ ਲੱਗੀ ਹੋਏਗੀ। ਪਰ ਇਹਨਾਂ ਨੇ ਸੁਖਬੀਰ ਬਾਦਲ ਨਾਲ ਮਿਲ ਕੇ ਤੇ ਉਹਨਾਂ ਨੂੰ ਹੱਥ ਪੱਲਾ ਜੋੜ ਕੇ ਤੇ ਵਪਾਰੀ ਬੰਦੇ ਨੇ ਤੇ ਇਹਨਾਂ ਨੇ ਆਪਣੇ ਕਾਲਜ ਦੇ ਨਾਲ ਲੱਗਦੀ ਜਗ੍ਹਾ ਦੇ ਵਿੱਚ ਅਮੂਲ ਦੀ ਮਿਲਕ ਪ੍ਰੋਡਕਟ ਲਗਾ ਲਏ ਸੀ। ਉਸ ਤੋਂ ਬਾਅਦ ਹੁਣ ਇਹ ਫੋਟੋਆਂ ਜਿਹੜੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ, ਕਿਉਂਕਿ ਲੰਬੇ ਸਮੇਂ ਤੋਂ ਲੱਗਾ ਦਾ, ਅੱਜ ਤੇ ਲੱਗਾ ਨੀ, ਪਿਛਲੇ 8-10 ਸਾਲ ਤੋਂ ਲੱਗਾ ਦਾ ਜੀ। ਉਦੋਂ ਤੇ ਇਹਨਾਂ ਨੂੰ ਸੱਚਖੰਡ ਦੀ ਯਾਦ ਨਾ ਆਈ, ਉਦੋਂ ਤੇ ਲੱਸੀ ਗਈ ਨਾ, ਗਰਮੀ ਐਤਕੀ ਤੇ ਸ਼ੁਰੂ ਹੀ ਹੋਈ ਹੈ। ਹਾਂਜੀ ਹਾਂਜੀ ਤੇ ਇਹਨਾਂ ਨੂੰ ਸੇਵਾ ਕਰਨ ਦਾ ਲੱਗ ਗਿਆ ਤੇ ਇਸੇ ਕਰਕੇ ਅਗਰ ਸਿਆਸੀ ਚਸ਼ਮਾ ਲਾ ਕੇ ਵੇਖੀਏ ਤੇ ਲੱਗਦਾ ਵਾ ਕਿ 28 ਤੋਂ ਪਹਿਲਾਂ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਪ੍ਰਧਾਨਗੀ ਦੀ ਉਠਾ ਪਟਕ ਹੋਣੀ ਆ ਜੀ, ਉਸ ਤੋਂ ਬਾਅਦ ਹੀ ਇਹ ਜਿਹੜਾ ਫੈਸਲਾ ਵਾ ਲਿਆ ਜਾਏਗਾ। ਪਰ ਸੂਤਰ ਕੁਝ ਹੋਰ ਵੀ ਦੱਸਦੇ ਨੇ ਕਿ ਇਹ ਮੀਟਿੰਗਾਂ ਹੋ ਚੁੱਕੀਆਂ ਨੇ ਮਾਝੇ ਦੇ ਜਰਨੈਲ ਅਕਾਲੀ ਦਲ ਦੇ ਕਹੇ ਜਾਣ ਵਾਲੇ ਵਿਕਰਮ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੁਪਤ ਮੀਟਿੰਗਾਂ, ਚਾਹੇ ਉਹ ਸੁਖਬੀਰ ਬਾਦਲ ਦੇ ਘਰ ਮੀਟਿੰਗ ਹੁੰਦੀ ਹੋਵੇ ਜਾਂ ਕਿਸੇ ਹੋਰ ਥਾਵਾਂ ਤੇ ਮੀਟਿੰਗ, ਐਕਚੁਅਲੀ ਸੇਖੜੀ ਦੀ ਮੀਟਿੰਗ ਔਰ ਜਿਹੜੀ ਕਮਿਟਮੈਂਟ ਆ ਉਹ ਲਗਭਗ ਤੈਅ ਹੋ ਚੁੱਕੀ ਆ ਤੇ ਬਹੁਤ ਜਲਦ ਮਤਲਬ ਰਸਮੀ ਐਲਾਨ ਹੋਣਾ ਬਾਕੀ ਹੈ। ਬਾਕੀ ਅੰਦਰ ਖਾਤੇ ਜਿਹੜੀਆਂ ਗੱਲਾਂ ਨੇ ਉਹ ਪੂਰੀਆਂ ਹੋ ਚੁੱਕੀਆਂ ਨੇ ਤੇ ਮੰਨੀਆਂ ਜਾ ਚੁੱਕੀਆਂ ਨੇ। ਦੇਖਣ ਵਾਲੀ ਗੱਲ ਹੈ ਕਿ ਰਸਮੀ ਐਲਾਨ ਕਿਦੋਂ ਹੁੰਦਾ। ਜਿਹੜਾ ਬਟਾਲਾ ਸ਼ਹਿਰ ਆ ਇੱਥੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਕਰਵਾਏ ਜੀ ਜੀ। 200 ਕਿੰਨੇ ਕਰੋੜ ਰੁਪਏ ਦਾ ਜਿਹੜੇ ਪ੍ਰੋਜੈਕਟ ਸਨ ਉਹ ਇੱਥੇ ਲਿਆਂਦੇ ਤੇ ਕੰਮ ਕਰਵਾਏ ਨੇ, ਕਿਉਂਕਿ ਜਿਹੜਾ 550 ਸਾਲਾ ਲੰਘ ਕੇ ਗਿਆ ਵਾ ਗੁਰੂ ਸਾਹਿਬ ਦਾ, ਉਸ ਦੌਰਾਨ ਬਟਾਲੇ ਸ਼ਹਿਰ ਨੂੰ, ਕਿਉਂਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਹੁਰਾ ਘਰ ਵਾ ਤੇ ਉਸ ਦੇ ਦੌਰਾਨ ਇਹ 200 ਕਰੋੜ ਰੁਪਇਆ ਅੰਮ੍ਰਿਤ ਯੋਜਨਾ ਦਾ ਜਿਹੜਾ ਪਾਸ ਹੋਇਆ ਸੀ। ਸਿੱਖੜੀ ਸਾਹਿਬ ਕਹਿੰਦੇ ਆ ਜੀ ਇਹ ਮੈਂ ਸੁਖਬੀਰ ਬਾਦਲ ਕੋਲ ਸਾਈਨ ਕਰਾ ਕੇ ਤੇ ਸੈਂਟਰ ਗਵਰਨਮੈਂਟ ਕੋਲੋਂ ਬਟਾਲੇ ਵਾਸਤੇ ਲੈ ਕੇ ਆਇਆ ਸੀ, ਇਹ ਉਹੀ ਅੰਮ੍ਰਿਤ ਯੋਜਨਾ ਦਾ ਪੈਸਾ ਵਾ। ਪੰਜਾਬ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ, ਪਰ ਬਟਾਲੇ ਵਾਲਿਆਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਆ ਕਿ ਇਹ ਪੈਸਾ ਅੰਮ੍ਰਿਤ ਯੋਜਨਾ ਦਾ ਵਾ, ਇਹ ਸੁਖਬੀਰ ਬਾਦਲ ਨੇ ਦਿੱਤਾ ਸੀ ਕਿ ਜਾਂ ਫਿਰ ਕੇਂਦਰ ਦੀ ਸਰਕਾਰ ਨੇ ਦਿੱਤਾ। ਉਹਦੇ ਇਸ ਗੱਲ ਦਾ ਧੰਨਵਾਦ ਕਰਦੇ ਆ ਵੀ ਬਟਾਲੇ ਸ਼ਹਿਰ ਚ ਡਿਵੈਲਪਮੈਂਟ ਦੇ ਕੰਮ ਹੋ ਗਏ, ਕਿਉਂਕਿ ਦੇਖੋ ਜਿਹੜਾ ਨਰਕਰੀਪ ਚੋਂ ਬਾਹਰ ਜਿੰਨੇ ਆਏ ਨਾ ਉਹਨੇ ਦੇ ਉਹਨੂੰ ਕੀ ਅੰਨਾ ਕੀ ਭਾਲੇ ਦੋ ਅੱਖੀਆਂ, ਬਿਲਕੁਲ ਜੀ, ਉਹਨੂੰ ਕੋਈ ਲੈਣਾ ਦੇਣਾ ਨੀ। ਸੋ ਤ੍ਰਿਪਤ ਰਜਿੰਦਰ ਬਾਜਵਾ ਦੀ ਇੰਟਰਫੇਰਨੈਸ ਵਧਣ ਤੋਂ ਬਾਅਦ ਹੁਣ ਜਿਹੜੇ ਅਸ਼ਵਨੀ ਸਿੱਖੜੀ ਪਿਛਲੇ 4 ਸਾਲ ਚੁੱਪ ਰਹੇ ਨੇ ਜੀ, ਅਚਾਨਕ ਦੀ ਹੁਣ ਉਹਨਾਂ ਨੂੰ ਯਾਦ ਆਈ ਬਟਾਲੇ ਦੀ ਜੀ, ਤਾਂ ਬਟਾਲੇ ਦੇ ਵਿੱਚ ਹੁਣ ਉਹ ਜਿਹੜਾ ਸਰਗਰਮ ਹੋਣਗੇ, ਲੇਕਿਨ ਹੋਣਗੇ ਕਿਸੇ ਨਾ ਕਿਸੇ ਚੰਗੀ ਪਾਵਰ ਦੇ ਨਾਲ ਜੀ। ਅੱਛਾ ਮੈਨੂੰ ਇੱਕ ਜੀ ਚੱਲੋ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਾਫੀ ਮੁਖਾਲਫਤ ਕੀਤੀ ਹੈ ਬਾਜਵੇ ਦੇ ਭਤੀਜੇ ਨੂੰ ਨੌਕਰੀ ਦੀ, ਜਾਂ ਕਹਿ ਦਿਓ ਕਿ ਉੱਥੇ ਜਿਹੜੀ ਹੈਗੀ ਹੈ ਵੀ ਜੋ ਕਾਂਗਰਸ ਦੇ ਆਪਣੇ ਇਹਨਾਂ ਦੇ ਫੈਕਟਰ ਸੀ ਉਹਦਾ ਕੀ ਅਸਰ ਪਏਗਾ। ਦੇਖੋ
दूसरे पास अकाली दल की गल करिए क्योंकि अपने धड़े की इन्हों की बाहर की गल कर लांगे किन्ने की आख्या कल जो दो दिन पहला अकाली दल के जथेबंधक सकत्र गुरु कृपाल सिंह माल जिहड़े ने हल्के काफी सरगर्म ने उन्होंने प्रेस कॉन्फ्रेंस भी की फतेह जंग बाजवा का कैप्टन अमरिंदर सिंह का पुतला भी फूके तो उन्होंने यह गल कही कि सिर्फ फ्रीडम फाइटर एक ऐसा व्यक्ति है भारत के जिसे सैकेंड जनरेशन भी बेनीफिट्स मिल सकते हैं जिहड़े बेनीफिशियरी होंगे जिहड़े कंपनसेशन जिन्हों देनी होंगी जिन्हों का कतल हो जाता जां सरकार उन्होंने कंपनसेट करना चाहती है उन्होंने फर्स्ट जनरेशन ही सतनाम सिंह बाजवा का देहांत होया वा उन्होंने कतल होया वा ते फतेह जंग सिंह बाजवा ऑफर हुई सी डीएसपी दी रैंक दी अच्छा जी उदो इन्होंने नौकरी ना लई क्योंकि माहौल ठीक नहीं सी अज इन्हां दे पोतरे जिसनों नौकरी दी जा रही है अर्जुन प्रताप बाजवा उदो जमया भी नहीं डिपेंडेंट सी सतनाम सिंह बाजवा दे उन्हां दा पोतरा ते डिपेंड ही नहीं सी कंपनसेशन ते दित्ती जांदी आ डिपेंडेंट नूं वो कमाउण वाला उन्हां दे घर कोई नहीं ते इसलिए इहनूं इह सहूलत दित्ती जा रही है नाल ही उह कहिंदे वी अगर ते इह पंजाब दे सब तों गरीब ने एमएलए ते फिर ते दे दे क्योंकि 30 करोड़ तों वध दी जायदाद ते उह कागजां च दस चुके अपनी इक रंबराई सो इस करके जिथे विरोधी धिरां वड्डे निशाने साध रही ने गल आख रही कि पंजाब सरकार ने वादा किया हर घर नौकरी उदो एक ना कहिंदे प्रिंटिंग च शब्द मिस हो गया सी असीं नहीं कह रहे यह कह रहे विरोधी वह कहिंदे प्रिंटिंग च एक शब्द मिस हो गया सी कि अपने घर नौकरी अपने घर नौकरी अच्छा बहुत गरीब ने और वड्डी गल है कि जिहड़े अर्जुन प्रताप नूं नौकरी दी ऑफर हुई है ज्वाइन ते नहीं उन्होंने किया ना उन्होंने मिली है नौकरी ये जिला परिषद दे मैंबर भी ने जी जी इन्होंने चुनाव भी लड़िया दा वा जी जी और दूसरा अकाली दल दोष लांदा भी ये 27 साल इन्हों की उम्र होगी 28 साल 25 साल तक ही पैरामिलिट्री फोर्स पुलिस के आदमी जा सकता वा कोई भी एलिजिबिलिटी पूरी नहीं करते जे इन्होंने जबरदस्ती नौकरी ज्वाइन करवाई तो वह हाई कोर्ट सुप्रीम कोर्ट का दरवाजा खटखटाउणगे तो उतों जो है उन्होंने इंसाफ की जी आस वा जे गल करिए इन्होंने अपने मंत्रियों की विधायकों की तृप्त चंद्र सिंह बाजवा की गल करिए राजा वड़िंग की गल करिए चाहे एमएलए जीरा की गल करिए मैडम अरुणा चौधरी कैबिनेट मंत्री की गल करिए एक सुर च सारे ने इसका विरोध किया और दूसरे पास कल का प्रताप सिंह बाजवा ने भी ट्वीट करके ये गल कही है कि इन्हें नौकरियां नहीं लैनिया चाहिए जी 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 सो बहुत बहुत धन्यवाद जी जी बिल्कुल जी मेरी एक लाइन पूरी कर दें दाने वाले साहब सियासी लोग जो सियासी चश्मा ला के देखते हैं वो कहते हैं कि प्रताप बाजवा तो फतेह बाजवा के लड़ाई पौर न एक तीर चलाया गया सी अच्छा जी कैप्टन अमरिंदर सिंह वालों उन्होंने नौकरी दे के कंपनसेट करता तो प्रताप बाजवे अपने भरा के खिलाफ बयान देना पै गया पर नौकरियां कहते मिलनिया नहीं इन्हों आखिर गुजराल साइंस सिटी दर्शकां लई खोल दित्ती गई है जी बिलकुल जी जदों दी कोरोना महामारी आई सी उदों दा ਸਰਕਾਰਾਂ ਵੱਲੋਂ ਜਿਹੜੀ ਸਾਇੰਸ ਸਿਟੀ ਪੁਸ਼ਤਾ ਗੁਜਰਾਲ ਸਾਇੰਸ ਸਿਟੀ ਸੀਗੀ ਉਹਨੂੰ ਕਲੋਜ਼ ਕੀਤਾ ਗਿਆ ਸੀਗਾ ਪਰ ਇੰਨੇ ਸਾਲ ਸਵਾ ਸਾਲ ਬਾਅਦ ਅੱਜ ਜਿਹੜੀ ਆ ਪੁਸ਼ਤਾ ਗੁਜਰਾਲ ਸਾਇੰਸ ਸਿਟੀ ਜਿਹੜੀ ਖੋਲੀ ਗਈ ਔਰ ਉਸਦੇ ਵਿੱਚ ਜਿਹੜੇ ਆ ਮੈਡੀਕਲ ਸਹੂਲਤ ਮੈਡੀਕਲ ਸਟਾਫ ਰੱਖਿਆ ਗਿਆ ਐਂਟਰੀ ਦੇ ਉੱਤੇ ਕਿਸੇ ਨੂੰ ਟੈਂਪਰੇਚਰ ਵਾ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਉਹਨੂੰ ਜਿਹੜਾ ਐਂਟਰੀ ਨਹੀਂ ਦਿੱਤੀ ਜਾਵੇਗੀ ਉਹਦੇ ਨਾਲ ਅੱਜ ਪਹਿਲਾ ਦਿਨ ਸੀ ਪਹਿਲੇ ਦਿਨ ਵੀ ਬਹੁਤ ਸਾਰੇ
ਸਟੂਡੈਂਟ ਲਾ ਲਓ ਜਾਂ ਜਿਸ ਤਰ੍ਹਾਂ ਜੂਨ ਦੇ ਵਿੱਚ ਬਹੁਤ ਜ਼ਿਆਦਾ ਲੋਕ ਸਾਇੰਸ ਸਿਟੀ ਦੇ ਵਿੱਚ ਆਉਂਦੇ ਸੀਗੇ ਔਰ ਗਿਆਨ ਵਾਲੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਦੇਖਦੇ ਸੀਗੇ ਔਰ ਕਾਫੀ ਨੌਲੇਜ ਜਿਹੜੀ ਆ ਉਹ ਇਕੱਠੀ ਕਰਕੇ ਲਿਜਾਂਦੇ ਸੀਗੇ ਇੱਥੇ। ਹੁਣ ਅੱਜ ਪਹਿਲੇ ਦਿਨ ਸੀ, ਪਹਿਲੇ ਦਿਨ ਵੀ ਕਾਫੀ ਜ਼ਿਆਦਾ ਲੋਕ ਬੱਚੇ ਔਰ ਕਾਫੀ ਕੋਰੋਨਾ ਮਹਾਮਾਰੀ ਹਜੇ ਘਟੀ ਆ, ਸਿਰਫ ਖਤਮ ਨਹੀਂ ਹੋਈ, ਉਸਦੇ ਬਾਵਜੂਦ ਵੀ ਸਾਰੇ ਲੋਕ ਆਏ ਔਰ ਬਹੁਤ ਸੋਸ਼ਲ ਡਿਸਟੈਂਸ ਰੱਖਿਆ। ਸੋਸ਼ਲ ਡਿਸਟੈਂਸ ਦੇ ਨਾਲ ਨਾਲ ਲੋਕਾਂ ਨੇ ਆਪਣਾ ਇੰਜੋਏ ਵੀ ਕੀਤਾ ਔਰ ਸਾਇੰਸ ਸਿਟੀ ਦੇ ਅੰਦਰ ਜਿਹੜੇ ਆ ਉਹ ਸਾਰਾ ਘੁੰਮ ਕੇ ਦੇਖਿਆ। ਜੀ ਸ਼ੁਕਰੀਆ ਜੀ, ਮਿਹਰਬਾਨੀ ਤੁਹਾਡੀ, ਧੰਨਵਾਦ। ਤੇ ਹੁਣ ਫਿਰੋਜ਼ਪੁਰ ਵੱਲ ਦਾ ਰੁੱਖ ਕਰਦੇ ਹਾਂ, ਗੁਰਨਾਮ ਸਿੱਧੂ ਜੀ ਮੇਰੇ ਨਾਲ ਨੇ। ਗੁਰਨਾਮ ਜੀ, ਜੈਪਾਲ ਭੁੱਲਰ ਦੇ ਮਾਮਲੇ ਦੇ ਵਿੱਚ ਕੀ ਅਪਡੇਟ ਹੈ, ਉਹਨਾਂ ਦਾ ਪੋਸਟਮਾਰਟਮ ਕਹਿੰਦੇ ਹੋ ਗਿਆ? ਹਾਂਜੀ ਦਾਨੇਵਾਲੀ ਸਾਹਿਬ, ਪੋਸਟਮਾਰਟਮ ਜਿਹੜਾ ਬੜਾ ਜੱਦੋਜਹਿਦ ਦੇ ਬਾਅਦ ਜਿਹੜਾ ਉਹ ਹੋ ਗਿਆ ਔਰ ਜਿਹੜੀ ਰਿਪੋਰਟ ਹੈਗੀ ਆ ਉਹ ਸ਼ਾਮ ਦੇਰ ਸ਼ਾਮ ਤੱਕ ਆਉਣ ਦੀ ਜਿਹੜਾ ਇੰਤਜ਼ਾਰ ਹੋ ਰਿਹਾ। ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਦੇਰ ਸ਼ਾਮ ਜਿਹੜੀ ਆ ਰਿਪੋਰਟ ਆ ਸਕਦੀ ਆ ਔਰ ਜਿਹੜੀ ਕੋਲਕਾਤਾ ਹੋਸਪਿਟਲ ਉੱਥੋਂ ਸਰਕਾਰੀ ਦੀ ਹੋਈ ਹੈ ਉਹਦੀ ਔਰ ਪੀ ਜੀ ਆਈ ਦੀ ਰਿਪੋਰਟ ਦਾ ਮਿਲਾਨ ਹੋਏਗਾ ਜੀ। ਅਗਰ ਕੁਛ ਫਰਕ ਹੁੰਦਾ ਹੈ ਤਾਂ ਕੋਰਟ ਦੀਆਂ ਹਦਾਇਤਾਂ ਨੇ, ਤੁਸੀਂ ਆਪਣਾ ਕੇਸ ਜਿਹੜਾ ਉਹ ਲਗਾ ਸਕਦੇ ਹੋ। ਜੀ ਜੀ, ਸੋ ਤੇ ਬਾਕੀ ਸਿਆਸੀ ਮਾਹੌਲ ਕਿਸ ਤਰ੍ਹਾਂ ਦਾ ਜੀ, ਹੁਣ ਸਿਆਸਤ ਭੱਜ ਗਈ ਹੈ ਬਸ ਕੰਮ ਨੇੜੇ ਹੀ ਹੈ? ਸਿਆਸੀ ਮਾਹੌਲ ਗਰਮਾਇਆ ਹੋਇਆ, ਹਾਲਾਂਕਿ ਸਾਡੇ ਫਿਰੋਜ਼ਪੁਰ ਦੀ ਜਿਹੜੀ ਸੀਟ ਹੈਗੀ ਆ ਲਗਾਤਾਰ ਪਰਮਿੰਦਰ ਸਿੰਘ ਪਿੰਕੀ ਜਿਹੜੇ ਕਾਂਗਰਸ ਦੇ ਨੇ ਉਹ ਲਗਾਤਾਰ ਜਿੱਤਦੇ ਆ ਰਹੇ, ਉਹ ਭਾਰੀ ਮਤਾਂ ਦੇ ਨਾਲ ਜਿੱਤਦੇ ਆਏ ਨੇ ਔਰ ਇਹ ਕਿਉਂਕਿ ਭਾਜਪਾ ਦੇ ਖਾਤੇ ਸੀਗੀ ਸੀਟ ਔਰ ਅਕਾਲੀ ਦਲ ਇੱਥੋਂ ਸ਼ਸ਼ੋ ਪੰਜ ਪਿਆ ਹੋਇਆ ਕਿ ਕਿਹੜਾ ਉਮੀਦਵਾਰ ਜਿਹੜਾ ਉਤਾਰਿਆ ਜਾਏ ਵਿੱਚੋਂ, ਜਾਂ ਜਨਮੇਜਾ ਸੇਖੋਂ ਜਿਹੜੇ ਕੈਬਨਿਟ ਮਿਨਿਸਟਰ ਰਹੇ ਨੇ ਤੁਹਾਡੇ ਮੋੜ ਤੋਂ ਇੱਧਰ ਬਠਿੰਡੇ ਤੋਂ ਜਿੱਤੇ ਜੀ ਔਰ ਇੱਥੋਂ ਵੀ ਲਗਾਤਾਰ ਜਿਹੜੀ ਹੈ ਫਿਰੋਜ਼ਪੁਰ ਦੀ ਸੀਟ ਤੋਂ ਜਿੱਤੇ ਆਏ, ਉਹਨਾਂ ਦੀ ਆਸ ਬੱਜੀ ਸੀ ਔਰ ਐਲਾਨ ਵੀ ਹੋ ਗਿਆ ਸੀ ਸੁਖਬੀਰ ਬਾਦਲ ਪਿੱਛੇ ਜਦੋਂ ਐਮਸੀ ਇਲੈਕਸ਼ਨ ਹੋਏ ਸੀ ਤਾਂ ਉਹਨਾਂ ਨੇ ਬਕਾਇਦਾ ਕਿਹਾ ਸੀ ਕਿ ਮੈਂ ਉਮੀਦਵਾਰ ਤੁਹਾਨੂੰ ਦੇ ਚੱਲਿਆ। ਪਰ ਕੁਛ ਦਿਨ ਘੁੰਮਣ ਤੋਂ ਬਾਅਦ ਜਨਮੇਜਾ ਸੇਖੋਂ ਦਾ ਇੱਕਦਮ ਐਲਾਨ ਹੋ ਜਾਂਦਾ ਕਿ ਉਹ ਕਹਿੰਦੇ ਕਿ ਜਿਹੜੀ ਪੰਥਕ ਸੀਟ ਗਿਣੀ ਜਾਂਦੀ ਸੀ ਅਕਾਲੀ ਦਲ ਲਈ ਖਾਸ ਕਰਕੇ ਜ਼ੀਰਾ, ਤਾਂ ਜ਼ੀਰੇ ਤੋਂ ਉਹਦਾ ਉਹਨਾਂ ਦਾ ਬਕਾਇਦਾ ਅਨਾਊਂਸ ਹੋ ਗਿਆ ਔਰ ਇਹ ਜਿਹੜੀ ਸੀਟ ਆ ਇੱਥੇ ਕੁਝ ਦਿਨ ਲਈ ਫਿਰ ਚਰਨਜੀਤ ਸਿੰਘ ਬਰਾੜ ਜਿਹੜੇ ਮੁੱਖ ਬੁਲਾਰੇ ਨੇ ਅਕਾਲੀ ਦਲ ਦੇ ਉਹਨਾਂ ਦਾ ਨਾਂ ਗੂੰਜਦਾ ਔਰ ਕੁਛ ਦਿਨਾਂ ਬਾਅਦ ਉਹਨਾਂ ਦਾ ਜਿਹੜਾ ਨਾਂ ਹੈ ਰਾਜਪੁਰਾ ਜਾ ਕੇ ਗੂੰਜਣ ਲੱਗ ਪੈਂਦਾ। ਇਹ ਸੀਟ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਅਕਾਲੀ ਦਲ ਦਾ ਉਮੀਦਵਾਰ ਆਏਗਾ, ਪਰ ਅਕਾਲੀ ਦਲ ਨੂੰ ਇਹਦੇ ਵਿੱਚ ਨੁਕਸਾਨ ਬਹੁਤ ਹੋ ਰਿਹਾ ਕਿਉਂਕਿ ਬਹੁਤ ਸਾਰੇ ਜਿਹੜੇ ਵਰਕਰ ਹੈ ਉਹ ਮਾਯੂਸ ਹੋ ਕੇ ਦੂਜੀਆਂ ਪਾਰਟੀਆਂ ਵੱਲ ਜਾਣਾ ਸ਼ੁਰੂ ਹੋ ਗਏ। ਜੀ 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 ਜੀ, ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਤਾਂ ਮੌਸਮ ਕਿਸ ਤਰ੍ਹਾਂ ਜੀ, ਝੋਨਾ ਝਾਨਾ ਲੱਗ ਰਿਹਾ? ਹਾਂ ਮੌਸਮ ਬਿਲਕੁਲ ਜੀ, ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਕਿਉਂਕਿ ਪਰਸੋਂ ਜਿਹੜੀ ਇਲਾਕੇ 'ਚ ਸਾਡੇ ਸ਼ਹਿਰ ਦੀ ਤਾਂ ਨਹੀਂ ਹੈਗੀ ਬਾਰਿਸ਼, ਪਰ ਇੱਥੋਂ 20-25 ਕਿਲੋਮੀਟਰ ਜਿਹੜਾ ਬਾਰਡਰ ਏਰੀਆ ਉੱਥੇ ਕਾਫੀ ਬਾਰਿਸ਼ ਹੋਈ ਹੈ ਔਰ ਝੋਨਾ ਲੱਗ ਰਿਹਾ, ਗਰਮੀ ਇਸ ਟਾਈਮ ਬਹੁਤ ਜ਼ਿਆਦਾ ਪੀਕ 'ਤੇ ਹੈਗੀ ਆ। ਇੱਕ ਮੈਂ ਦਾਨੇਵਾਲੀ ਸਾਹਿਬ ਹੋਰ ਦੱਸਣਾ ਚਾਹੁੰਦਾ ਕਿ ਕੱਲ੍ਹ ਟਰੱਕਾਂ ਦੀ ਜਿਹੜੀ ਇੱਥੇ ਸਾਡੇ ਮੀਟਿੰਗ ਹੋਈ ਹੈ, ਟਰੱਕ ਆਪਰੇਟਰ ਹੈਗੇ ਉਹਨਾਂ ਨੇ ਮੀਟਿੰਗ ਕੀਤੀ ਹੈ ਕਿ ਸਾਡਾ ਭਾੜਾ ਵਧਾਇਆ ਜਾਵੇ ਔਰ ਡੀਜ਼ਲ ਦਾ ਬਹੁਤ ਸਾਰਾ ਖਰਚਾ ਸਾਨੂੰ ਪੱਲਿਓਂ ਪੈ ਰਿਹਾ। ਟਰੱਕਾਂ ਨੇ ਹੜਤਾਲ ਕਰ ਦਿੱਤੀ ਹੈ ਕਿ ਅਸੀਂ ਕੋਈ ਵੀ ਸਮਾਨ ਇੱਧਰ ਉੱਧਰ ਨਹੀਂ ਜਾਵਾਂਗੇ। ਟਰੱਕ ਬੇਟਾ ਕਹਿਣਾ ਕਿ ਜਿਹੜੇ ਵਪਾਰੀ ਹੈਗੇ ਆ ਉਹ ਜੋ ਅੱਗੇ ਮਾਲ ਵੇਚਦੇ ਆ ਉਹ ਵਧੇ ਹੋਏ ਤੇਲ ਦੇ ਹਿਸਾਬ ਨਾਲ ਵੇਚਦੇ ਆ ਕਿ ਸਾਨੂੰ ਇੰਨਾ ਭਾੜਾ ਦੇਣਾ ਪੈ ਰਿਹਾ, ਪਰ ਸਾਡੇ ਤੱਕ ਨਹੀਂ ਪਹੁੰਚ ਰਹੀ। ਇੱਕ ਹੋਰ ਸਨਸਨੀ ਖੇਜ਼ ਦਾਨੇਵਾਲੇ ਸਾਹਿਬ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਜਿਹੜੀ ਕੱਲ ਆਪਰੇਟਰਾਂ ਦੇ ਵਿੱਚ ਮੈਂ ਖੁਦ ਜਾ ਕੇ ਦੇਖੀ ਆ, ਸ਼ਰੇਆਮ ਆਪਰੇਟਰਾਂ ਨੇ ਬੋਲਿਆ, ਉਹ ਕਹਿੰਦੇ ਕਿ ਓਵਰਲੋਡ ਦਾ ਸਾਨੂੰ, ਅਸੀਂ ਗੁਜਰਾਤ ਤੋਂ ਕਾਂਡਲਾ ਤੋਂ ਚੱਲਦੇ ਹਾਂ ਤਾਂ ਸਾਨੂੰ ਕਿਤੇ ਵੀ ਓਵਰਲੋਡ ਦੀ ਕਿਤੇ ਕੋਈ ਮਤਲਬ ਚੈਕਿੰਗ ਦੇ ਪੈਸੇ ਜਾਂ ਫਾਈਨ ਨਹੀਂ ਪੈਂਦਾ। ਹਰ ਆਰਟੀਏ ਸਟੇਟ ਦਾ ਸਾਨੂੰ 100 ਜਾਂ 200 ਰੁਪਇਆ ਸਾਡੇ ਤੋਂ ਲੈਂਦੇ ਆ, ਉਹ ਵੱਧ ਤੋਂ ਵੱਧ ਸਾਡੇ ਕਾਗਜ਼ ਚੈੱਕ ਕਰਦੇ, ਸਾਡਾ ਨੰਬਰ ਦੇਖਦੇ ਆ ਵੀ ਟੈਕਸ ਤਰਿਆ ਹੋਇਆ, ਉਹ ਕਾਗਜ਼ਾਂ ਚੈੱਕ ਕਰਕੇ ਸਾਨੂੰ ਤੋਰਦੇ ਨੇ। ਜਦੋਂ ਅਸੀਂ ਪੰਜਾਬ 'ਚ ਵੜਦੇ ਹਾਂ ਤਾਂ ਸਾਨੂੰ ਖਤਰਾ ਹੋ ਜਾਂਦਾ ਦਾਨੇਵਾਲੀ ਸਾਹਿਬ, ਪਰ ਗੱਡੀ ਜਿਹੜੀ ਓਵਰਲੋਡ ਦਾ ਹੈਗਾ 20,000 ਰੁਪਇਆ ਜੁਰਮਾਨਾ ਰੱਖਿਆ ਜੀ ਜੀ, ਔਰ ਇਸ ਤੋਂ ਇਲਾਵਾ ਪਰ ਟਨ, ਜਿੰਨੇ ਟਨ ਉੱਪਰ ਹੈਗਾ ਪਰ ਟਨ 1,000 ਰੁਪਇਆ ਅਲੱਗ ਤੋਂ। ਉਹ ਕਹਿੰਦੇ ਵੀ ਇਹ ਕੀ ਹੋਇਆ ਕਿ 3 ਆਰਟੀਏ ਪੈਂਦੇ ਆ ਸਰ, ਸ਼੍ਰੀਨਗਰ ਤੋਂ ਲੈ ਕੇ ਮਾਧੋਪੁਰ ਬਾਰਡਰ ਜਿਹੜਾ ਹੈਗਾ ਸਾਡਾ ਪਠਾਨਕੋਟ, ਆਰਟੀਏ ਫਿਰੋਜ਼ਪੁਰ, ਆਰਟੀਏ ਅੰਮ੍ਰਿਤਸਰ, ਆਰਟੀਏ ਗੁਰਦਾਸਪੁਰ, ਇਹਨਾਂ ਨੇ ਕਾਰਡ ਜਾਰੀ ਕੀਤਾ ਹੋਇਆ ਜੀ, ਬੜੀ ਸਨਸਨੀ ਸਾਰਿਆਂ ਦੇ ਕਾਰਡ ਹੁੰਦੇ ਢਾਬੇ ਵਾਲਿਆਂ ਦੇ ਥਰੂ ਕਰਦੇ ਪਿੱਛੇ ਦਸਤਖਤ ਕਰ ਦਿੰਦੇ ਆ। ਬਿਲਕੁਲ, ਉਹ ਕਹਿੰਦੇ ਵੀ ਇਹ ਜਿਹੜਾ ਯੂਨੀਅਨ ਦਾ ਤੁਹਾਡਾ ਵਿਜ਼ਿਟਿੰਗ ਕਾਰਡ ਹੁੰਦਾ ਜਾਂ ਕੋਈ ਵੀ ਗੱਡੀ ਓਪਰੇਟਰ ਵਾਲਿਆਂ ਦਾ ਵਿਜ਼ਿਟਿੰਗ ਕਾਰਡ ਹੈਗਾ ਤਾਂ ਉਹਦੇ ਉੱਪਰ ਇੱਕ ਕੋਡ ਲਗਾ ਦਿੱਤਾ ਜਾਂਦਾ, ਇਹ ਤੁਹਾਨੂੰ ਪੈਟਰੋਲ ਪੰਪ ਤੋਂ ਮਿਲਦਾ ਜਾਂ ਕਿਸੇ ਢਾਬੇ ਤੋਂ ਮਿਲਦਾ, 2500 ਤੋਂ ਲੈ ਕੇ 3,000 ਰੁਪਇਆ ਉਹਦੀ ਕੀਮਤ ਹੈ ਪਰ ਮੰਥ। ਜੇ ਤੁਸੀਂ ਉਤਾਰਿਆ ਹੁੰਦਾ ਤਾਂ ਉਸ ਤੋਂ ਬਾਅਦ ਤੁਹਾਨੂੰ ਕਿਸੇ ਵਿਚਾਰਬਾ 2500 ਦਿਓ ਤੇ ਤੁਹਾਡਾ ਅੰਡਰਲੋਡ ਹੋ ਜਾਂਦਾ ਟਰੱਕ, ਬਿਲਕੁਲ ਕਾਗਜ਼ ਦੀ ਵੀ ਲੋੜ ਨਹੀਂ ਹੈ ਜੀ। ਤੇ ਉਹ ਕਹਿੰਦੇ ਅਸੀਂ ਬਹੁਤ ਜ਼ਿਆਦਾ ਪੀੜਤ ਹੋਏ ਪਏ, ਅਸੀਂ ਕਿੱਧਰ ਜਾਈਏ, ਸਾਨੂੰ ਘਾਟਾ ਪੈ ਰਿਹਾ, ਪੱਲੋਂ ਦੇ ਕੇ ਗੱਡੀਆਂ ਜਿਹੜੀਆਂ ਉਹ ਛੁੱਟ ਰਹੇ ਹਾਂ, ਤਾਂ ਇਹ ਉਹਨਾਂ ਨੇ ਹੜਤਾਲ ਜਿਹੜੀ ਕੱਲ੍ਹ ਕੀਤੀ ਹੈ
और फिरोजपुर की खास करके गड्डी कोई नहीं चलूगी जी। जी बहुत बहुत शुक्रिया धन्यवाद जी। तो हुण रुक करदे आ बठिंडे अमनदीप गोसल मेरे नाल ने। अमनदीप जी सत श्री अकाल। अमनदीप जी कहिंदे काफ़ी कानून व्यवस्था की जिहड़ी आ अपने आले दुआले भावें लंबी है ते भावें बठिंडा कहिंदे गोलियां लगातार चल रही ने एक दो दिन हो गए की है जी मामला है सर। जी बिल्कुल जी दो तीन दिन लगातार जिहड़ा हैगा बठिंडा जिला दे विच गोली कांड दीआं घटनावां वापर रहीआं जिहदे इक नौजवान दी वी जिहड़ी मौत हो चुकी है जी। सब तो पहला जिहड़ा हैगा रामपुरा फूल दे कस्बा जिहड़ा कस्बा उहदे पिंड जिउं दा है जिथे जमीनी कब्जे नूं लैके गोली चली जिहदे 8 तों 10 जणे जख्मी होए सीगे जी। उह वख वख जिहड़े प्राइवेट हॉस्पिटलां दे विच जिहड़ा हैगा उपचार अधीन ने। ते दूसरा मामला जिहड़ा हैगा मौड मंडी च जिहड़ा हैगा सके चा ताई दे पुत ने सके चाचे दे पुत नूं जिहड़ा है गोली मार दित्ती जमीनी विवाद दे चलदे। इह च जिहड़ी वड्डी गल जिहड़ी है देखण वाली उह है वी गोली मारन वाला पहलां वी पुलिस नूं कतल दे मामले विच लोड़ींदा। अच्छा जी तुहाडे याद होगा तिन कोनी दे उत्ते इक बड़ा फिल्मी स्टाइल नाल जिहड़ा हैगा गोली कांड वापरिया सी वी इक गड्डी नूं घेर के उहदे अन्ने वाह गोलियां चलाईआं जांदीआं ते इस च इक नौजवान दी मौत हो जांदी है। लक्की पंडित नां दा मुंडा सीगा उहदी मौत हो जांदी है जी। उस मामले दे विच लाली मौड है इहदे जिहड़ा हैगा काफी मशहूर जिहड़े हैगा परिवार है इह बठिंडा शहर दा जी मौड़ां वाले वजदे आ। हां मौड़ां वाले वजदे रहे छे इधर पुल कन्नी है जिन्हां दी। हां हां जी हां बाजार च ते हां उन्हां दा जिहड़ा हैगा बेटा इह ते इहने कल जिहड़ा घटना अंजाम दित्तागा। जमीनी विवाद नूं लैके जिहड़ा हैगा इहदा चाचा जिहड़ा हैगा सुलझाउण लई पटियाले तों स्पैशल आपदे पुत ते वाइफ नाल पहुंचिया सी जी। मामला सुलझ जाण तों बाद थाणे सूचना दे दित्ती कि वी साडा जिहड़ा उसमें बह के निबड़ गया पर उस तों बाद जिहड़ा अचानक इह घटनाक्रम वापरदा ते उह लड़के दे जिहड़ा हैगा मोढ़े कोल गोली मारी जांदी आ जो उहदे दिल च जा वजदी आ जिस तों मौत हो जांदी आ जी। ते तीसरा कांड जिहड़ा कल देर रात वापरिया साबका गैंगस्टर कुलवीर नरुवाणा जदों अपने घर वापस परत रहे सी उहनां उत्ते अन्नेवाह फायरिंग कीती गई है रिंग रोड बठिंडा उपर जी। ਤੇ ਮੌਕਾ ਇਹ ਵਾਰਦਾਤ ਦੇ ਉੱਤੇ ਜਿਹੜਾ ਹੈਗਾ ਸਮੁੱਚਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ। ਐਸ ਐਸ ਪੀ ਖੁਦ ਮੌਕੇ ਤੇ ਜਾਣਕਾਰੀ ਲੈਣ ਲਈ ਪਹੁੰਚੇ ਸੀ ਤੇ ਇਸ ਘਟਨਾ ਦੇ ਵਿੱਚ ਜਿਹੜਾ ਹੈਗਾ ਸਾਬਕਾ ਗੈਂਗਸਟਰ ਕੁਲਵੀਰ ਨਰਵਾਣਾ ਬਾਲਵਾਲ ਬਚੇ ਨੇ ਪਰ ਉਹਨਾਂ ਦੀ ਗੱਡੀ ਦੇ ਉੱਤੇ ਘੱਟੋ ਘੱਟ 8 to 10 ਜਿਹੜੇ ਹੈਗੇ ਰਾਊਂਡ ਫਾਇਰ ਹੋਏ ਨੇ ਜੀ। ਤੇ ਫਿਲਹਾਲ ਪ੍ਰਸ਼ਾਸਨ ਜਾਂਚ ਦੇ ਵਿੱਚ ਜੁੜ ਰਿਹਾ ਹੈ ਪਰ ਜਿਹੜੀ ਕਿਤੇ ਨਾ ਕਿਤੇ ਅਮਨ ਕਾਨੂੰਨ ਦੀ ਵਿਵਸਥਾ ਹੈ ਉਹ ਸ਼ਹਿਰ ਦੀ ਜਿਹੜੀ ਹੈਗੀ ਹੈ ਜਾਂ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ ਉਹ ਡੋਲਦੀ ਹੋਈ ਨਜ਼ਰ ਆ ਰਹੀ ਹੈ ਤੇ ਇਹਦਾ ਜਿਹੜਾ ਮੁੱਖ ਕਾਰਨ ਆਪਾਂ ਮੰਨ ਸਕਦੇ ਹਾਂ ਵੀ ਥੋੜਾ ਜਿਹਾ ਸਿਆਸੀ ਦਖਲ ਜ਼ਿਆਦਾ ਹੋਣ ਕਰਕੇ ਜਾਂ ਸਿਆਸੀ ਸਰਗਰਮੀਆਂ ਤੇ ਦੂਜਾ ਧਰਨਾ ਪ੍ਰਦਰਸ਼ਨਾਂ ਚ ਪੁਲਿਸ ਦਾ ਜ਼ਿਆਦਾ ਬਿਜ਼ੀ ਹੋਣ ਕਰਕੇ ਜਿਹੜਾ ਇਹ ਸਮਾਜ ਵਿਰੋਧੀ ਅੰਸਰ ਨੇ ਸਿਰ ਦੁਬਾਰਾ ਚੁੱਕਣ ਲੱਗੇ ਨੇ ਤੇ ਇਹਨਾਂ ਨੂੰ ਹੁਣ ਠੱਲ ਪਾਉਣ ਦੀ ਲੋੜ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਕਾਰਨ ਜਿਹੜਾ ਆਮ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਜੀ। ਬਾਕੀ ਕਹਿੰਦੇ ਹੜਤਾਲਾਂ ਦੀ ਰੁੱਤ ਵੀ ਆ ਗਈ ਹੈ ਜੀ ਕਹਿੰਦੇ ਕੋਈ ਕਿਤੇ ਟਰਾਂਸਪੋਰਟਰ ਹੜਤਾਲ ਤੇ ਤੇ ਡਾਕਟਰ ਵੀ ਹੜਤਾਲ ਤੇ ਇਕੱਲੇ ਡਾਕਟਰ ਜਿਹੜਾ ਹੈਗਾ ਸਰਕਾਰ ਨੇ ਜੀ ਜਾਂਦੇ ਜਾਂਦੇ ਇੱਕ ਐਲਾਨ ਕੀਤਾ ਸੀਗਾ ਵੀ ਅਸੀਂ ਪੇ ਕਮਿਸ਼ਨ ਦੇ ਰਹੇ ਹਾਂ ਪਰ ਉਹ ਪੇ ਕਮਿਸ਼ਨ ਦੇ ਜਿਹੜੇ ਨਤੀਜੇ ਆ ਉਹ ਸਾਹਮਣੇ ਆਉਣ ਲੱਗੇ ਨੇ ਜਦੋਂ ਹੁਣ ਸਰਕਾਰੀ ਮੁਲਾਜ਼ਮਾਂ ਨੇ ਉਹਦਾ ਜਿਹੜਾ ਹੈਗਾ ਕੈਲਕੂਲੇਸ਼ਨ ਕੀਤੀ ਆ ਤਾਂ ਉਹਨਾਂ ਨੂੰ ਆਪਦੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਕਿਉਂਕਿ ਜਦੋਂ ਕੈਲਕੂਲੇਸ਼ਨ ਕਰਦੇ ਤਾਂ ਉਹਨਾਂ ਦੀ ਜਿਹੜੀ ਚੱਲ ਰਹੀ ਤਨਖਾਹ ਹੈ ਮੌਜੂਦਾ ਤਨਖਾਹ ਚੋਂ ਵੀ 8-10 ਹਜ਼ਾਰ ਰੁਪਇਆ ਘੱਟਦਾ ਨਜ਼ਰ ਆ ਰਿਹਾ ਬੱਲੇ ਬੱਲੇ ਵਧਣ ਦੀ ਥਾਂ ਤੇ ਘੱਟਦਾ ਨਜ਼ਰ ਆ ਰਿਹਾ ਹੈ ਘੱਟਦਾ ਨਜ਼ਰ ਆ ਰਿਹਾ ਜਦੋਂ ਕੈਲਕੂਲੇਟ ਕਰਦੇ ਆ ਤਾਂ ਉਹ ਘੱਟਦਾ ਨਜ਼ਰ ਆ ਰਿਹਾ ਤੇ ਇਸ ਕਰਕੇ ਅੱਜ ਡਾਕਟਰਾਂ ਨੇ ਪਹਿਲਾਂ 2 ਘੰਟਿਆਂ ਦੀ ਹੜਤਾਲ ਕੀਤੀ ਆ ਜੋ ਜਾਰੀ ਹੈ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਹੁਣ ਐਲਾਨ ਕੀਤਾ ਗਿਆ ਹੈਗਾ ਵੀ ਜੇ ਇਹ ਪੇ ਕਮਿਸ਼ਨ ਦੇ ਵਿੱਚ ਸੋਧ ਦੁਬਾਰੇ ਨਾ ਕੀਤੀ ਗਈ ਤਾਂ ਉਹਨਾਂ ਵੱਲੋਂ ਇਹ ਸੰਘਰਸ਼ ਲੰਬਾ ਲਜਾਇਆ ਜਾ ਸਕਦਾ ਕਿਉਂਕਿ ਸਰਕਾਰ ਲਗਾਤਾਰ ਜਿਹੜਾ ਹੈਗਾ ਇਹਨਾਂ ਦੇ ਮਾਣ ਭੱਤਿਆਂ ਦੇ ਵਿੱਚ ਜਿਹੜਾ ਹੈਗਾ ਕਟੌਤੀ ਕਰ ਰਹੀ ਹੈ ਜਿਸ ਕਰਕੇ ਜਿਹੜੇ ਪਹਿਲਾਂ ਹੀ ਜਿਹੜਾ ਹੈਗਾ ਮੁਸ਼ਕਿਲ ਦੌਰ ਚੋਂ ਗੁਜ਼ਰ ਰਹੇ ਨੇ ਫਰੰਟਲਾਈਨ ਤੇ ਕੰਮ ਕਰ ਰਹੇ ਨੇ ਇਸ ਕਰਕੇ ਇਹਨਾਂ ਦੇ ਥੋੜੇ ਜਿਹੇ ਖਰਚੇ ਵੀ ਵੱਧ ਗਏ ਨੇ ਕਿਤੇ ਨਾ ਕਿਤੇ ਤੇ ਉਸ ਕਰਕੇ ਜਿਹੜਾ ਹੈਗਾ ਡਾਕਟਰਾਂ ਨੇ ਅੱਜ ਚੇਤਾਵਨੀ ਦੇ ਦਿੱਤੀ ਹੈ ਵੀ ਫਿਲਹਾਲ ਅਸੀਂ 2 ਘੰਟਿਆਂ ਲਈ ਜਿਹੜਾ ਹੈਗਾ ਆਪਦੀਆਂ ਸੇਵਾਵਾਂ ਠੱਪ ਕਰ ਰਹੇ ਹਾਂ ਪਰ ਇਸ ਤੋਂ ਬਾਅਦ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਇਹ ਸੰਘਰਸ਼ ਜਿਹੜਾ ਹੈਗਾ ਹੋਰ ਤੇਜ਼ ਕਰਾਂਗੇ। ਇਸੇ ਤਰ੍ਹਾਂ ਜਿਹੜਾ ਹੈਗਾ ਬਠਿੰਡਾ ਦੇ ਕਲੈਰੀਕਲ ਕਾਮਿਆਂ ਨੇ ਅੱਜ ਜਿਹੜਾ ਹੈਗਾ ਪੈਨ ਡਾਊਨ ਕਰਕੇ ਆਪਣੀ ਸਟ੍ਰਾਈਕ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈਗੀ। ਇਸ ਤੋਂ ਪਹਿਲਾਂ ਉਹ ਸਮੂਹਿਕ ਛੁੱਟੀ ਤੇ ਚਲੇ ਗਏ ਸਨ ਤੇ ਉਹਨਾਂ ਨੇ ਵੀ ਇਸੇ ਪੇ ਕਮਿਸ਼ਨ ਨੂੰ ਲੈ ਕੇ ਜਿਹੜਾ ਹੈਗਾ ਕਾਫੀ ਤਰ੍ਹਾਂ ਦੇ ਜਿਹੜੇ ਹੈਗਾ ਸਵਾਲ ਖੜੇ ਕੀਤੇ ਨੇ ਵੀ ਇਸ ਨਾਲ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਪੇ ਸਕੇਲ ਦੇ ਉੱਪਰ ਕਾਫੀ ਜਿਹੜਾ ਹੈਗਾ ਅਸਰ ਪੈਣ ਵਾਲਾ ਜੋ ਸਰਕਾਰ ਨਵਾਂ ਪੇ ਕਮਿਸ਼ਨ ਲੈ ਕੇ ਆਈ ਹੈ ਉਸ ਨਾਲ ਵਾਧਾ ਹੋਣ ਦੀ ਜਗ੍ਹਾ ਉਹਨਾਂ ਦੇ ਤਨਖਾਹ ਘਟਣ ਦੇ ਆਸਾਰ ਜ਼ਿਆਦਾ ਬਣੇ ਹੋਏ ਨੇ ਜੀ ਜੀ। ਤੀਸਰਾ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਜੀ ਡੀਜ਼ਲ ਦੀਆਂ ਕੀਮਤਾਂ ਨੂੰ
ਵਧਣ ਕਾਰਨ ਜਿਹੜਾ ਹੈਗਾ ਟਰਾਂਸਪੋਰਟਰਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਥਾਂ ਥਾਂ ਤੇ ਗੱਡੀਆਂ ਰੋਕੀਆਂ ਗਈਆਂ ਤੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਵੀ ਜਿਹੜੇ ਡੀਜ਼ਲ ਦੀਆਂ ਕੀਮਤਾਂ ਉਹ ਘਟਾਈਆਂ ਜਾਣ। ਦੂਸਰਾ ਜਿਹੜੇ ਪ੍ਰਾਈਵੇਟ ਸੈਕਟਰ ਦੇ ਆ ਸਰਕਾਰੀ ਸੈਕਟਰ ਦੇ ਵਿੱਚ ਢੋਆ ਢੁਆਈ ਦੇ ਐਗਰੀਮੈਂਟ ਹੋਏ ਨੇ ਉਹਨਾਂ ਦੇ ਰੇਟ ਵਧਾਏ ਜਾਣ ਜੀ। ਇਸ ਨੂੰ ਲੈ ਕੇ ਅੱਜ ਜਿਹੜਾ ਹੈਗਾ ਪਹਿਲਾਂ ਜੱਸੀ ਚੌਂਕ ਵਿੱਚ ਜਿਹੜਾ ਮਾਨਸਾ ਰੋਡ ਇੱਕ ਸਾਈਡ ਜਿਹੜੀ ਆ ਜਾਮ ਕੀਤੀ ਗਈ ਸੀ, ਉਸ ਤੋਂ ਬਾਅਦ ਜਿਹੜਾ ਹੈਗਾ ਬਠਿੰਡਾ ਦੇ ਆਪਣਾ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ NFL ਕੋਲ ਜਿਹੜਾ ਹੈਗਾ ਜਿਹੜੇ ਰੋਡ ਦੇ ਉੱਪਰ ਟਰਾਲੇ ਜਾਂ ਹੋਰ ਟਰਾਂਸਪੋਰਟ ਜਿਹੜੇ ਆਪਾਂ ਢੋਆ ਢੁਆਈ ਦਾ ਸਮਾਨ ਵਾਲੇ ਸੀ ਜਿਹੜੇ ਚੱਲ ਰਹੇ ਸੀ ਉਹ ਗੱਡੀਆਂ ਇੱਕ ਵਾਰ ਟਰਾਂਸਪੋਰਟ ਦੇ ਵਿੱਚ ਨਗਰ ਦੇ ਵਿੱਚ ਲਗਵਾ ਦਿੱਤੀਆਂ ਗਈਆਂ ਸੀਗਾ। ਜਿਹੜੇ ਪ੍ਰਦਰਸ਼ਨਕਾਰੀ ਟਰਾਂਸਪੋਰਟਰ ਸਨ ਉਹਨਾਂ ਵੱਲੋਂ ਲਗਾਤਾਰ ਸਰਕਾਰ ਤੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਡੀਜ਼ਲ ਦੀਆਂ ਕੀਮਤਾਂ ਕਿਸੇ ਲੋਟ ਘੱਟ ਕੀਤੀਆਂ ਜਾਣ, ਕਿਉਂਕਿ ਪਹਿਲਾਂ ਹੀ ਜਿਹੜਾ ਹੈਗਾ ਕੋਰੋਨਾ ਮਹਾਂਮਾਰੀ ਕਾਰਨ ਜਿਹੜਾ ਹੈਗਾ ਉਹਨਾਂ ਨੂੰ ਕਾਫੀ ਜਿਹੜਾ ਘਾਟਾ ਚੱਲਣਾ ਪਿਆ। ਦੂਜਾ ਉਹਨਾਂ ਦੇ ਜਿਹੜੇ ਟੈਕਸਿਸ ਨੇ ਪਰਮਿਟ ਹੋ ਗਏ, ਰੋਡ ਟੈਕਸ ਹੋ ਗਏ, ਡਰਾਈਵਰਾਂ ਦੀਆਂ ਤਨਖਾਹਾਂ ਹੋ ਗਏ, ਠੀਕ ਹੈ ਹੋ ਗਈਆਂ, ਇਹ ਚੀਜ਼ਾਂ ਨੇ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਤੀਜਾ ਜਿਹੜਾ ਆਪਾਂ ਕਹਿ ਦਈਏ ਡੀਜ਼ਲ ਦੇ ਵਧੇ ਰੇਟਾਂ ਨੇ ਉਹਨਾਂ ਜਮੀ ਜਿਹੜਾ ਹੈਗਾ ਬੁਰਾ ਹਾਲ ਕਰ ਦਿੱਤਾ। ਇਸ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਵੀ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਘਟਾਈਆਂ ਜਾਣ, ਜਿਹੜੇ ਐਗਰੀਮੈਂਟ ਨੇ ਉਹ ਦੁਬਾਰਾ ਕੀਤੇ ਜਾਣ ਜੀ। ਸੋ ਬਿਲਕੁਲ ਠੀਕ ਹੈ ਜੀ, ਕੀਮਤਾਂ ਵੱਧ ਰਹੀਆਂ ਨੇ, ਪਹਾੜੇ ਵਾਲਿਆਂ ਦਾ ਵੀ ਪਹਾੜਾ ਵਧਾਉਣਾ, ਉਹ ਵੀ ਕਿੱਧਰ ਜਾਣ, ਅਤੇ ਇਹਦਾ ਅਸਰ ਸਿੱਧੇ ਤੌਰ ਦੇ ਉੱਤੇ ਢੋਆ ਢਵਾਈ ਕਹਿੰਦੇ ਜਦੋਂ ਅਸੀਂ ਇਕਨੋਮਿਕਸ ਪੜ੍ਹਦੇ ਹੁੰਦੇ, ਜਦੋਂ ਤੇਲ ਦੀਆਂ ਕੀਮਤਾਂ ਵੱਧਦੀਆਂ ਤਾਂ ਬੁਰਕੀ ਜਿਹੜੀ ਮੂੰਹ 'ਚ ਪੈਣੀ ਹੈ ਉਹ ਵੀ ਮਹਿੰਗੀ ਹੋ ਜਾਂਦੀ ਹੈ। ਸੋ ਉਹ ਚੀਜ਼ ਦੀ ਪੜ੍ਹਾਈ ਜਿਹੜੀ ਹੈ ਬਿਲਕੁਲ ਹਰ ਚੀਜ਼ ਦੇ ਉੱਪਰ ਪੈਣ ਦੇ ਜਿਹੜੇ ਆਸਾਰ ਜਿਹੜੇ ਬਣ ਗਏ ਨੇ ਢੋਆ ਢੁਆਈ ਨਾਲ ਹੀ ਜਿਹੜਾ ਹੈਗਾ ਹੁਣ ਲਗਾਤਾਰ ਜਿਹੜੇ ਆਪਾਂ ਕਹਿ ਦਈਏ ਖਾਣ ਪੀਣ ਦੀਆਂ ਚੀਜ਼ਾਂ ਸਬਜ਼ੀਆਂ ਆਪਦੇ ਰੇਟ ਫਲ ਫਰੂਟ ਦੇ ਰੇਟ ਵਧਣ ਦੇ ਆਸਾਰ ਨੇ, ਤੇ ਜਿਹੜੀ ਮਹਿੰਗਾਈ ਹੈ ਉਹ ਸਿਖਰ ਤੇ ਪਹੁੰਚੇਗੀ ਜੇਕਰ ਤੇਲ ਦੀਆਂ ਕੀਮਤਾਂ ਨਾ ਘਟੀਆਂ। ਤੇ ਇਹਦੇ ਇੱਕ ਮੈਂ ਤੁਹਾਡੇ ਨਾਲ ਛੋਟੀ ਜਿਹੀ ਟਿੱਪਣੀ ਨਾਲ ਜੋੜਨੀ ਚਾਹਾਂਗਾ ਜੀ, ਵੀ ਜੋ ਭਾਜਪਾ ਨੇ ਸੱਤਾ ਚੋਂ ਆਉਣ ਤੋਂ ਪਹਿਲਾਂ ਜੀ ਅੱਧ ਨੰਗੇ ਹੋ ਕੇ ਨੰਗੇ ਧੜ ਜਿਹੜਾ ਆਪਾਂ ਕਹਿ ਦਈਏ ਪ੍ਰਦਰਸ਼ਨ ਕਰਦੇ ਹੁੰਦੇ ਸੀ ਤੇਲ ਦੀਆਂ ਵਧੀਆਂ ਕੀਮਤਾਂ ਨੂੰ, ਅੱਜ ਉਹੀ ਭਾਜਪਾ ਜਿਹੜੀ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਵੀ ਜਿਹੜੀਆਂ ਤੇਲ ਦੀਆਂ ਕੀਮਤਾਂ ਕੰਟਰੋਲ ਕਰਨਾ ਉਹ ਸਰਕਾਰ ਦੇ ਹੱਥ 'ਚ ਨਹੀਂ ਹੈ। ਫਿਲਹਾਲ ਜਿਹੜਾ ਹੈਗਾ ਇਸ ਚੀਜ਼ ਨੂੰ ਲੈ ਕੇ ਜੇ ਮੀਡੀਆ ਵੱਲੋਂ ਸਵਾਲ ਵੀ ਕੀਤੇ ਜਾਣੇ, ਜਿਵੇਂ ਕੱਲ ਪਰਸੋਂ ਜਿਹੜਾ ਹੈਗਾ ਘਰ ਘਰ ਨੌਕਰੀ ਨੂੰ ਲੈ ਕੇ ਭਾਜਪਾ ਵੱਲੋਂ ਲੱਡੂ ਵੰਡੇ ਗਏ, ਜੇ ਪ੍ਰਦਰਸ਼ਨਕਾਰੀਆਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਗੱਲ ਕਹੀ ਵੀ ਪੰਜਾਬ ਸਰਕਾਰ ਪਹਿਲਾਂ ਆਪਣੇ ਜਿਹੜੇ ਟੈਕਸਿਸ ਨੇ ਉਹ ਘਟਾਵੇ, ਕੇਂਦਰ ਉਸ ਤੋਂ ਬਾਅਦ ਸੋਚੇਗਾ। ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਸਿਆਸੀ ਜਿਹੜਾ ਆਪਾਂ ਕਹਿ ਦਈਏ ਸਿਰਫ ਸਿਆਸੀ ਬਿਆਨਬਾਜ਼ੀਆਂ ਰਹਿ ਗਈਆਂ, ਆਮ ਵਰਗ ਦਾ ਕੋਈ ਵੀ ਸਰਕਾਰ ਕਿਤੇ ਵੀ ਪੱਲਾ ਫੜਨ ਨੂੰ ਤਿਆਰ ਨਹੀਂ। ਬਿਲਕੁਲ ਬਿਲਕੁਲ, ਮਾਰ ਤਾਂ ਗਰੀਬ ਨੂੰ ਹੀ ਪੈ ਰਹੀ ਹੈ, ਬਿਲਕੁਲ ਤੁਹਾਡੀ ਗੱਲ ਸਹੀ। ਅੱਜ ਜਿਹੜਾ ਹੈਗਾ ਗਰੀਬ ਬੰਦਾ ਪਾਈ ਪਾਈ ਦਾ ਮੁਹਤਾਜ ਹੋ ਰਿਹਾ ਤੇ ਉਹਨੂੰ ਦੋ ਟਾਈਮ ਦੀ ਰੋਟੀ ਲਈ ਜਿਹੜਾ ਹੈਗਾ ਸੰਘਰਸ਼ ਕਰਨਾ ਪੈ ਰਿਹਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਮਿਹਰਬਾਨੀ ਜੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਮੁਲਾਕਾਤ ਕੱਲ 6:30 ਵਜੇ ਫਿਰ ਹੋਏਗੀ। ਸ਼ਮਾਦਾਨ।